ਭਾਬੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਆ ਗਏ ਜੀ ਗਰੁੱਪ? ਹਾਂਜੀ। ਲਿਆ ਸਮਾਨ? ਹਾਂਜੀ ਹਾਂਜੀ। ਆ ਲਓ। ਚੱਲ ਵਧੀਆ। ਆ ਜਾ ਚਾਹ ਪੀ ਕੇ ਜਾਈ ਹੁਣ ਤੂੰ। ਨਹੀਂ ਭਾਬੀ ਚਾਹ ਫੇਰ ਸਹੀ। ਲੈ ਪੀ ਲੈ ਘੁੱਟ ਚਾਹ। ਨਾ ਨਾ ਕੋਈ ਨਹੀਂ। ਨਾ ਮਿੰਟ ਲੱਗਣਾ ਹੈਗਾ। ਨਾ ਫੇਰ ਪੀ ਲੂੰਗੇ। ਪਹਿਲੀ ਪੈਨ ਨੂੰ। ਜਿਉਂਦਾ ਜਰਾ ਪੁੱਤ। ਲੈ ਐਵੇਂ ਕਿਉਂ ਜਾਣ ਲੱਗਿਆ ਪੁੱਤ? ਆ ਜਾ ਚਾਹ ਪਾਣੀ ਪੀ ਕੇ ਜਾਈ। ਨਾ ਨਾ ਕੋਈ ਨਹੀਂ ਜੀ, ਚਾਹ ਫੇਰ ਪੀ ਲੂੰਗਾ ਜੀ, ਹੁਣ ਮੈਂ ਅੱਗੇ ਕੰਮ ਜਾਣਾ ਜੀ। ਚੱਲ ਕੋਈ ਨਾ ਪੁੱਤ, ਮੈਂ ਤਾਂ ਕਹਿੰਦੀ ਟਾਈਮ ਨਹੀਂ ਸੀ ਲੱਗਦਾ ਚਾਹ ਨੂੰ। ਨਾ ਕੋਈ ਨਹੀਂ, ਫੇਰ ਪੀ ਲੂੰਗਾ ਜੀ। ਠੀਕ ਹੈ ਜੀ, ਚੰਗਾ ਜੀ। ਚੰਗਾ। ਲੈ ਮੰਮੀ ਸਮਾਨ ਤਾਂ ਸਾਰਾ ਦੇ ਗਿਆ। ਚੱਲ ਚੰਗਾ ਕਰਿਆ ਦੇ ਗਿਆ। ਮੰਮੀ ਦੇਖ ਲੈ ਕਿੰਨਾ ਸਾਊ ਮੁੰਡਾ ਹੈਗਾ ਹੈ ਨਾ। ਹਾਂ ਪੁੱਤ, ਮੁੰਡਾ ਤਾਂ ਬਥੇਰਾ ਸਾਊ ਹੈ, ਵਿਚਾਰੇ ਦੇ ਨਿਆਣੇ ਹੁੰਦੇ ਦੇ ਮਾਂ ਬਾਪ ਮਰ ਕੇ, ਹੁਣ ਤਾਂ ਇਕੱਲਾ ਕਹਿ ਰਿਹਾ ਹੀ ਹੈ, ਨਾ ਕੋਈ ਭੈਣ ਨਾ ਕੋਈ ਭਾਈ ਵਿਚਾਰਾ। ਮੰਮੀ ਇੰਨਾ ਸਾਊ ਮੁੰਡਾ ਹੈਗਾ, ਦੇਖਿਓ ਇਹਦਾ ਰਿਸ਼ਤਾ ਕਾਹਤੇ ਨਹੀਂ ਹੁੰਦਾ ਹੈਗਾ, ਇੰਨੀ ਜ਼ਮੀਨ ਜਾਇਦਾਦ ਤਾਂ ਨਾਲ ਇਹਦੇ ਕੋਲ। ਜ਼ਮੀਨ ਜਾਇਦਾਦ ਤਾਂ ਬਥੇਰੀ ਹੈ, ਮੁੰਡਾ ਵੀ ਬਥੇਰਾ ਸਾਊ ਸ਼ਰੀਫ ਹੈ, ਬਸ ਕੋਈ ਕਰਮਾਂ ਦਾ ਹੀ ਚੱਕਰ ਹੈ, ਵਿਚਾਰਾ ਇਕੱਲਾ ਹੀ ਹੈ। ਹੁਣ ਹੋ ਜੂਗਾ ਜਦ ਹੋਣਾ ਹੋਊਗਾ, ਪਤਾ ਨਹੀਂ ਹੋਊ ਪਤਾ ਨਹੀਂ ਨਾ ਹੋਊਗਾ। ਮੰਮੀ ਮੈਂ ਦੇਖਾਂ ਇਹਦੇ ਵਾਸਤੇ ਕੁੜੀ, ਮੁੰਡਾ ਤਾਂ ਸਾਊ ਹੈਗਾ। ਲੈ ਆਹ ਤਾਂ ਫਿਰ ਬਹੁਤ ਹੀ ਵਧੀਆ ਗੱਲ ਹੋਵੇ ਨਾ, ਤੂੰ ਮੇਰੀ ਗੱਲ ਸੁਣ, ਤੂੰ ਹੋਰ ਕੁੜੀ ਕਿਉਂ ਦੇਖੇਂਗੀ, ਤੂੰ ਆਪਣੀ ਭੈਣ ਦਾ ਹੀ ਕਰਾ ਦੇ, ਉਹ ਵੀ ਸੁੱਖ ਨਾਲ ਮਟਿਆਰ ਆ ਹੁਣ, ਨਾਲੇ ਮੁੰਡਾ ਤਾਂ ਬਥੇਰਾ ਸਾਊ ਹੈ। ਮੰਮੀ ਨਵਜੋਤ ਦੀ ਤਾਂ ਉਮਰ ਛੋਟੀ ਲੱਗਦੀ ਹੈ, ਮੁੰਡਿਆ ਹੈਗਾ ਗਾ 25-26 ਸਾਲ ਉਮਰ। ਉਹ ਚੱਲ ਕੋਈ ਨਾ, ਜ਼ਮੀਨ ਜਾਇਦਾਦ ਬਥੇਰੀ ਹੈ, ਮੁੰਡਾ ਬਥੇਰਾ ਲਾਇਕ ਹੈ, ਉਮਰ ਤਾਂ ਇੰਨੀ ਕੁ ਚੱਲ ਜਾਂਦੀ ਹੁੰਦੀ ਹੈ, ਤੂੰ ਤੋਰ ਲੈ ਗੱਲ ਦੇਖ ਲੈ, ਹੈਂ ਨਾਲੇ ਘਰ ਦੀ ਘਰ 'ਚ ਰਹਿ ਜੂਗੀ। ਮੰਮੀ ਮੈਂ ਗੁਰਿੰਦਰ ਨਾਲ ਗੱਲ ਕਰਕੇ ਦੇਖੂੰਗੀ, ਜੇ ਉਹ ਮੰਨ ਗਏ ਨਾ ਫਿਰ ਆਪਾਂ ਕਰਾ ਦਾਂਗੇ ਰਿਸ਼ਤਾ, ਜ਼ਮੀਨ ਜਾਇਦਾਦ ਵੀ ਹੈਗੀ ਮੁੰਡੇ ਕੋਲ। ਹਾਂ ਹਾਂ ਕਰਾ ਦਿਓ ਕਰਾ ਦਿਓ, ਵਧੀਆ ਗੱਲ ਹੈ, ਪੁੱਛ ਲੈ ਗੁਰਿੰਦਰ ਤੋਂ। ਹਾਂ ਮੰਮੀ ਮੈਂ ਸਮਾਨ ਰੱਖਿਆ ਵਾ, ਮੈਂ ਫਿਰ ਝਾੜੂ ਮਾਰਦੀ ਹਾਂ। ਚੰਗਾ ਫਿਰ। ਪੈਨ ਡਰਾਈਵ ਰੱਖੀ ਸੀ ਮੈਂ ਇੱਥੇ। ਕਰਮਜੀਤ? ਹਾਂਜੀ। ਉਹ ਪੈਨ ਡਰਾਈਵ ਦੱਸੀ ਮੇਰੀ ਕਿੱਥੇ ਪਈ ਹੈ? ਓਹੋ, ਤੁਹਾਡਾ ਤਾਂ ਕੁਛ ਨਾ ਕੁਛ ਖੋਇਆ ਹੀ ਰਹਿੰਦਾ ਹੈਗਾ। ਹਾਂ ਤੁਸੀਂ ਪਹਿਲਾਂ ਮੇਰੀ ਗੱਲ ਸੁਣੋ। ਕੀ ਹੋ ਗਿਆ? ਓਹੋ ਮੰਮੀ ਕਹਿੰਦੀ ਤੀ ਵੀ ਜਗਰੂਪ ਨੂੰ ਤੂੰ ਨਵਜੋਤ ਦਾ ਰਿਸ਼ਤਾ ਕਰਾ ਦੇ। ਆਪਣਾ ਜਗਰੂਪ? ਹਾਂ, ਜਿਹੜਾ ਆਪਣੇ ਘਰ ਲਵੇਗਾ ਘਰ। ਤੇਰਾ ਦਿਮਾਗ ਠੀਕ ਹੈ? ਕੱਲਾ ਕਹਿ ਰਿਹਾ ਬੰਦਾ, ਉਹ ਘਰ 'ਚ ਕੋਈ ਸਿਆਣਾ ਬੰਦਾ ਵੀ ਨਹੀਂ। ਮੇਰੀ ਗੱਲ ਸੁਣੋ, ਮੰਮੀ ਕਹਿੰਦੀ ਜ਼ਮੀਨ ਹੈ ਜਾਇਦਾਦ ਹੈ ਸਾਰਾ ਕੁਛ ਹੈ ਕਹਿੰਦੀ ਮੁੰਡੇ ਕੋਲ। ਲੈ ਹੈ ਪੁੱਤ, ਤੂੰ ਨਾ ਕਾਹਤੋਂ ਕਰਦਾ, ਇੰਨਾ ਸਿਆਣਾ ਦਾ ਮੁੰਡਾ, ਜੇ ਉਹ ਕੱਲਾ ਕਹਿ ਰਿਹਾ ਤਾਂ ਆਪਾਂ ਹੈਗੇ, ਤੂੰ ਨਾ ਨਾ ਕਰ, ਆਪਾਂ ਕਰਵਾ ਦੇਣੇ ਉਹਦਾ ਰਿਸ਼ਤਾ। ਮੰਮੀ ਗੱਲ ਇਕੱਲੇ ਕਹਿ ਰਹੀ ਤੇਰੀ, ਮੁੰਡਾ ਵੀ ਸਾਊ ਹੈ, ਪਰ ਇੱਕ ਪਿੰਡ 'ਚ ਦੋ ਕੁੜੀਆਂ ਵਿਆਹਣੀਆਂ ਹੈ ਨਾ, ਕੋਈ ਊਚ ਨੀਚ ਹੋਊਗੀ, ਕੋਈ ਇਹੋ ਜਿਹੀ ਗੱਲ ਹੋਊਗੀ, ਫਿਰ ਕੌਣ ਜਵਾਬ ਦਊਗਾ? ਓਹੋ ਮੇਰੀ ਗੱਲ ਸੁਣੋ, ਅਸੀਂ ਦੋਵੇਂ ਭੈਣਾਂ ਇੱਕ ਥਾਂ ਵੀ ਹੋ ਜਾਵਾਂਗੇ। ਹੋਰ ਕੋਈ ਊਚ ਨੀਚ ਨਹੀਂ ਹੁੰਦੀ, ਤੂੰ ਟੈਨਸ਼ਨ ਨਾ ਕਰ ਪੁੱਤ, ਆਪਾਂ ਬੈਠੇ ਹਾਂ, ਨਾਲੇ ਜੇ ਕੋਈ ਗੱਲ ਹੋਊ, ਨਾਲੇ ਮੁੰਡਾ ਉਹ ਸਾਊ ਹੈ ਬਥੇਰਾ, ਕੋਈ ਨਹੀਂ ਇਹੋ ਜਿਹੀ ਗੱਲ ਹੁੰਦੀ, ਬੇਫਿਕਰ ਹੋ ਕੇ ਤੁਸੀਂ ਰਿਸ਼ਤਾ ਕਰਾ ਦਿਓ ਕੁੜੀ ਦਾ। ਦੇਖ ਲਓ, ਵੈਸੇ ਮੇਰਾ ਮਨ ਘੱਟ ਮੰਨਦਾ ਗਾ, ਬਾਕੀ ਕੱਲ ਨੂੰ ਕੋਈ ਇਹੋ ਜਿਹੀ ਗੱਲ ਨਾ ਹੋ ਜੇ ਜਿਹਦੇ ਕਰਕੇ ਆਪਾਂ ਨੂੰ ਪਛਤਾਉਣਾ ਪੈ ਜੇ। ਨਹੀਂ ਨਹੀਂ ਕੁਛ ਨਹੀਂ ਹੁੰਦਾ, ਚੁੱਪ ਕਰਕੇ ਤੁਸੀਂ ਰਿਸ਼ਤਾ ਕਰਾਉਣ ਦੀ ਗੱਲ ਕਰੋ, ਹੋਰ ਕਰ ਲਓ ਸਲਾਹ ਦੋ ਜਣੇ। ਮੈਨੂੰ ਤਾਂ ਇਹ ਲੱਗਦਾ ਮੰਮੀ ਠੀਕ ਕਹਿ ਰਹੀ ਹੈ। ਚਲ ਐਂ ਕਰੋ ਫਿਰ, ਕਰੋ ਗੱਲ, ਹੋਰ ਆਪਾਂ ਦੇਖਦੇ ਹਾਂਗੇ, ਕਰਾ ਦਿੰਦੇ ਆ ਵਿਚਾਰੇ ਦੀ ਰੋਟੀ ਪੱਕਦੀ। ਦੇਖਣਾ ਕੀ ਆ, ਸਾਰਾ ਕੁਛ ਆਪਾਂ ਨੂੰ ਪਤਾ ਹੈਗਾ, ਇੰਨੀ ਜ਼ਮੀਨ ਆ ਉਹਦੇ ਕੋਲ, ਇਹੋ ਜਿਹਾ ਕੰਮ ਕਰਦਾ ਉਹ, ਬਾਕੀ ਨਵਜੋਤ ਦੀ ਪੜ੍ਹਾਈ ਨਾ ਵਿੱਚ ਰਹਿ ਜੇ ਫਿਰ ਕਿਤੇ। ਉਹ ਚੱਲ ਕਿਹੜਾ ਉਹਨੂੰ ਹਟਾਉਂਦਾ ਹੈਗਾ ਪੜ੍ਹਨੇ ਤੇ, ਪੜ੍ਹਾਈ ਤਾਂ ਕਰਾਊਗਾ ਹੀ। ਚੱਲ ਕਰੋ ਆਪਣਾ ਗੱਲ ਕਰੋ ਤੁਸੀਂ, ਮੈਨੂੰ ਪੈਨ ਡਰਾਈਵ ਦੱਸ ਕਿੱਥੇ ਗਈ ਮੇਰੀ। ਮੈਂ ਤਾਂ ਇਹਦੇ ਆਹ ਡੱਬੇ 'ਚ ਰੱਖੀ ਸੀਗੀ, ਇਹਦੇ ਵਿੱਚ ਦੇਖ ਲਓ, ਇਹਦੇ ਵਿੱਚ ਹੀ ਆ ਤੁਹਾਡਾ ਸਾਰਾ ਸਮਾਨ। ਹੋਰ ਆਹ ਪਈ ਹੈ ਮੇਰੇ ਯਾਰ। ਸ਼ੁਕਰਾ ਤੂੰ ਘਰੇ ਹੀ ਮਿਲ ਗਿਆ ਮੁੰਡਿਆ। ਸਤਿ ਸ਼੍ਰੀ ਅਕਾਲ ਆਂਟੀ ਜੀ। ਸਤਿ ਸ਼੍ਰੀ ਅਕਾਲ, ਹੋਰ ਠੀਕ ਠਾਕ? ਹਾਂਜੀ ਵਧੀਆ ਜੀ। ਮੈਂ ਤਾਂ ਤੇਰੇ ਨਾਲ ਇੱਕ ਗੱਲ ਕਰਨੀ ਸੀਗੀ। ਅੱਛਾ ਆ ਜਾਓ ਬੈਠੋ ਬੈਠੋ ਆਂਟੀ ਜੀ। ਐ ਪੁੱਛਦੀ ਆ ਤੈਨੂੰ, ਤੇਰਾ ਰਿਸ਼ਤਾ ਕਰਾ ਦੀਏ, ਵਿਚੋਲੇ ਬਣ ਜਾਈਏ ਤੇਰੇ ਭਾਈ। ਮੇਰਾ ਕੀ ਨਾ ਕਰਾਉਣਾ ਜੀ? ਲੈ ਕਿਉਂ ਹੈਗੇ ਪੁੱਤ ਸੀ, ਤੂੰ ਐ ਨਾ ਕਹਿ। ਹਾਂਜੀ ਤੂੰ ਮੇਰੀ ਗੱਲ ਸੁਣ ਧਿਆਨ ਨਾਲ। ਹਾਂਜੀ ਤੇਰਾ ਰਿਸ਼ਤਾ ਲੱਗਿਆ ਕਰਾਉਣ। ਅੱਛਾ ਕੁੜੀ ਸਮਝਦਾਰ ਹੈ, ਪੜ੍ਹੀ ਲਿਖੀ ਹੈ, ਨਾਲੇ ਆਪਣੇ ਘਰ ਦੀਆਂ ਕੁੜੀਆਂ ਵਰਗੀ ਕੁੜੀ ਹੈ। ਉਹ ਤਾਂ ਠੀਕ ਹੈ ਆਂਟੀ ਜੀ, ਪਰ ਹੁਣ ਤੁਹਾਨੂੰ ਪਤਾ ਮੈਂ ਤਾਂ ਉਹ ਇਕੱਲਾ ਹੈ ਜੀ, ਬਿਨਾਂ ਮਾਂ ਬਾਪ ਤੇ ਕਰ ਦੇਣਗੇ ਜੀ ਉਹ ਰਿਸ਼ਤਾ? ਉਹ ਚੱਲ ਇਹ ਨਾ ਗੱਲ ਕਹਿ ਪੁੱਤ, ਤੂੰ ਇਕੱਲਾ ਕਹਿ ਰਿਹਾ ਕਿਉਂ ਹੈ, ਅਸੀਂ ਹੈਗੇ ਸਭ ਤੇਰੇ ਨਾਲ। ਕੁੜੀ ਤਾਂ ਆਪਣੇ ਗੁਰਿੰਦਰ ਦੀ ਸਾਲੀ ਹੈ, ਕਰਮਜੀਤ ਦੀ ਭੈਣ ਹੈ, ਵਧੀਆ ਪੜ੍ਹੀ ਲਿਖੀ ਹੈ, ਘਰ ਸਾਂਭਣ ਵਾਲੀ ਕੁੜੀ ਹੈ, ਸਿਆਣੀ ਬਥੇਰੀ ਹੈ। ਮੈਂ ਤਾਂ ਹੀ ਕਿਹਾ ਗੁਰਿੰਦਰ ਨੂੰ, ਮਖਾਂ ਆਪਾਂ ਭਾਈ ਵਿਚੋਲੇ ਬਣ ਜਾਂਦੇ ਹਾਂ ਜਗਰੂਪ ਦੇ, ਕੁੜੀ ਵੀ ਮੌਜ ਕਰੂਗੀ, ਨਾਲੇ ਆਪਣਾ ਮੁੰਡਾ ਵਿਆਹਿਆ ਜਾਊਗਾ, ਉਹਦਾ ਘਰ ਵਸ ਜਾਊਗਾ। ਬਾਂਟੀ ਜੀ ਜਿਵੇਂ ਤੁਹਾਨੂੰ ਸਹੀ ਲੱਗੇ ਜੀ। ਉਹ ਸਹੀ ਲੱਗਣ ਦੀ ਗੱਲ ਨਹੀਂ ਹੈਗੀ, ਇੱਕ ਮੈਂ ਤੈਨੂੰ ਐਂ ਦੱਸਣਾ, ਇਹ ਨੇ ਦੋਵੇਂ ਭੈਣਾਂ ਭੈਣਾਂ ਗੁਰਿੰਦਰ ਦੇ ਘਰ ਵਾਲੀ ਹੋਣੀ, ਭਾਈ ਇਹਨਾਂ ਦੇ ਕੋਈ ਹੈ ਨਹੀਂ,
ਸੁੱਖ ਨਾਲ ਜ਼ਮੀਨ ਵੀ ਇਹਨਾਂ ਦੇ 8-9 ਕਿੱਲੇ ਹੈ, ਦੋਵੇਂ ਭੈਣਾਂ ਨੂੰ 4-4 ਕਿੱਲੇ ਆਉਣਗੇ। ਅੱਛਾ, ਤੈਨੂੰ ਵੀ ਜ਼ਮੀਨ 4 ਕਿੱਲੇ ਮਿਲੂਗੀ ਛੋਟੀ ਵਾਲੀ। ਪਰ ਮੈਂ ਤੈਨੂੰ ਇੱਕ ਐਂ ਗੱਲ ਦੱਸਣ, ਤੂੰ ਕਹਿੰਦਾ ਜਿਹੜੀ 2 ਕਿੱਲੇ ਤਾਂ ਤੂੰ ਰੱਖੀ, ਤੈਂ ਜ਼ਮੀਨ ਦੇ 2 ਕਿੱਲੇ ਮੇਰੇ ਨਾਂ ਲਵਾਉਣੇ ਹੋਣੇ, ਇਹ ਤੂੰ ਸੋਚ ਲੈ ਹੁਣ। ਆਂਟੀ, ਮੈਨੂੰ ਜ਼ਮੀਨ ਦਾ ਤਾਂ ਕੋਈ ਲਾਲਚ ਨਹੀਂ ਜੀ। ਉਹ ਨਹੀਂ ਲਾਲਚ ਦੀ ਨਹੀਂ ਗੱਲ, ਯਾਰ ਹੁੰਦੀ ਆ ਫਿਰ ਤਾਂ ਸਭ ਨੂੰ ਹੋ ਜਾਂਦਾ ਲਾਲਚ, ਲਾਲਚ ਕਿਉਂ ਨਹੀਂ ਹੈਗਾ? ਨਹੀਂ ਨਹੀਂ ਜੀ, ਇੱਦਾਂ ਦੀ ਤਾਂ ਕੋਈ ਗੱਲ ਨਹੀਂ ਜੀ। ਨਹੀਂ ਨਹੀਂ, ਪਰ ਤੂੰ ਇਹ ਗੱਲ ਯਾਦ ਰੱਖੀ, ਤਾਂ ਇਹ 2 ਕਿੱਲੇ ਜ਼ਮੀਨ ਦੇ ਮੇਰੇ ਨਾਂ ਕਰਾਉਣੇ ਹੋਣੇ। ਕੋਈ ਕੋਈ ਚੱਕਰ ਹੀ ਨਹੀਂ ਜੀ, ਬਸ ਤੁਸੀਂ ਰਿਸ਼ਤਾ ਕਰਾਓ ਜੀ ਮੇਰਾ। ਰਿਸ਼ਤਾ ਤਾਂ ਕਰਾ ਦਾਂਗੇ ਪੱਕਾ, ਪਰ ਤੂੰ ਆਪਣੇ ਵਾਅਦੇ ਤੋਂ ਨਾ ਮੁੱਕਰ ਜੀ। ਨਾ ਜੀ, ਅੱਗੇ ਤੁਹਾਡੇ ਤੋਂ ਕਦੀ ਭੱਜਿਆ ਜੀ ਮੈਂ? ਭੱਜਿਆ ਤਾਂ ਨਹੀਂ, ਪਰ ਕਿਤੇ ਆਪਣੇ ਲਾਲਚ 'ਚ ਨਾ ਆ ਜੀ, ਆਂਟੀ ਨੂੰ ਭੁੱਲੇ ਜਾਵੇਂ ਫਿਰ। ਨਾ ਜੀ, ਕਿੱਦਾਂ ਦੀਆਂ ਗੱਲਾਂ ਕਰਦੇ। ਹਾਂ, ਚਾਹ ਪੀ ਲਓ ਜੀ। ਬਣਾ, ਨਹੀਂ ਨਹੀਂ ਬਸ ਚਾਹ ਜੋ, ਕੁਛ ਨਹੀਂ, ਤੂੰ ਬਸ ਮੇਰੀ ਆਹੀ ਗੱਲ ਯਾਦ ਰੱਖੀ। ਬਸ ਠੀਕ ਹੈ ਜੀ, ਹੁਣ ਆਪਣੀ ਹੋ ਗਈ ਪੂਰੀ ਡੀਲ। ਹਾਂਜੀ ਹਾਂਜੀ, ਪੱਕਾ ਜੀ, ਜਿਵੇਂ 2 ਕਿੱਲੇ ਤਾਂ ਆਪਣੇ ਵਾਲੀ ਚੋਂ ਮੈਨੂੰ ਦੇਣੇ ਨੇ, 2 ਕਿੱਲੇ ਤਾਂ ਰੱਖਣੇ ਨੇ। ਕੋਈ ਨਹੀਂ, ਬਸ ਰਿਸ਼ਤਾ ਤੇਰਾ ਪੱਕਾ ਸਮਝ। ਬਸ ਠੀਕ ਹੈ ਜੀ, ਠੀਕ ਹੈ ਠੀਕ ਹੈ। ਓਹੋ, ਕੀ ਚੱਲ ਰਿਹਾ? ਕੁਛ ਨਹੀਂ, ਬਸ ਕੰਮ ਕਰ ਰਹੀ ਸੀਗੀ ਘਰ ਦੇ। ਅੱਛਾ ਅੱਛਾ ਯਾਰ, ਇੱਕ ਗੱਲ ਕਰਨੀ ਸੀ। ਗੱਲ? ਹਾਂਜੀ ਦੱਸੋ। ਜਿਵੇਂ ਮੇਰੇ ਨਾਮ 'ਤੇ ਜ਼ਮੀਨ ਹੈ, ਇੱਕ ਤੁਹਾਡੇ ਨਾਮ 'ਤੇ ਜ਼ਮੀਨ ਹੈ। ਹਾਂਜੀ, ਮੈਂ ਸੋਚ ਰਿਹਾ ਤਾਂ ਵੀ ਆਪਾਂ ਦੋਨੋਂ ਇਕੱਠੀਆਂ ਵੇਚ ਕੇ ਇੱਕ ਇਕੱਠਾ ਟੱਕ ਕਿਤੇ ਹੋਰ ਲੈ ਲੈਂਦੇ, ਅਤੇ ਜਿਹੜੀ ਤੁਹਾਡੇ ਨਾਮ 'ਤੇ ਜ਼ਮੀਨ ਹੈ ਉਹ ਤੁਸੀਂ ਮੇਰੇ ਨਾਮ 'ਤੇ ਕਰਾ ਦਿੰਦੇ। ਮੈਂ ਇੱਕ ਵਾਰੀ ਨਾ ਦੀਦੀ ਅਤੇ ਭਾਅ ਜੀ ਨਾਲ ਗੱਲ ਕਰਕੇ ਦੇਖਦੀ ਹਾਂ, ਫਿਰ ਉਸ ਤੋਂ ਬਾਅਦ ਤੁਹਾਨੂੰ ਦੱਸਦੀ ਹਾਂ। ਦੀਦੀ ਅਤੇ ਭਾਅ ਜੀ ਨਾਲ ਕੀ ਗੱਲ ਕਰਨੀ? ਦੇਖੋ, ਮੇਰੇ ਮੰਮੀ ਪਾਪਾ ਤਾਂ ਹੈ ਨਹੀਂ, ਅਤੇ ਦੀਦੀ ਅਤੇ ਭਾਅ ਜੀ ਨੇ ਮੈਨੂੰ ਮਾਂ ਪਿਓ ਵਾਂਗੂ ਪਾਲਿਆ, ਤਾਂ ਮੈਂ ਉਹਨਾਂ ਦੇ ਫੈਸਲੇ ਤੋਂ ਬਿਨਾਂ ਕੋਈ ਵੀ ਕੰਮ ਨਹੀਂ ਕਰ ਸਕਦੀ ਹੈਗੀ। ਨਹੀਂ, ਉਹ ਤਾਂ ਠੀਕ ਹੈ, ਹੁਣ ਤੇਰੇ ਨਾਮ 'ਤੇ ਜ਼ਮੀਨ ਹੈ, ਤੂੰ ਆਪਣਾ ਫੈਸਲਾ ਖੁਦ ਲੈ ਸਕਦੀ ਹੈ। ਮੈਂ ਫਿਰ ਵੀ ਇੱਕ ਵਾਰੀ ਗੱਲ ਕਰਕੇ ਨਾ ਫਿਰ ਤੁਹਾਨੂੰ ਦੱਸ ਦਿੰਦੀ ਹਾਂ। ਉਹ ਜਾ ਯਾਰ, ਫਿਰ ਤੂੰ ਉਹਨਾਂ ਨਾਲੇ ਗੱਲ ਕਰ ਲੈ ਕਰ। ਐਵੇਂ ਗੁੱਸਾ ਹੋ ਕੇ ਲੰਘ ਗਏ, ਮੈਂ ਕਿੱਦਾਂ ਕਰ ਲਾਂ ਜ਼ਮੀਨ ਦੀ ਗੱਲ, ਹਲੇ 4 ਦਿਨ ਤਾਂ ਹੋਏ ਆ ਵਿਆਹ ਨੂੰ। ਕੋਈ ਨਾ। ਹਾਏ ਹਾਏ, ਆ ਕਿੱਥੋਂ ਆ ਗਈ? ਆ ਤਾਂ ਮੈਨੂੰ ਐਂ ਲੱਗਦਾ ਜਿਵੇਂ ਜਗਰੂਪ ਹੋਵੇ। ਜਗਰੂਪ ਵੇ ਪੁੱਤ, ਜਗਰੂਪ! ਹਾਂਜੀ ਆਂਟੀ ਜੀ। ਲੈ, ਇਹ ਤਾਂ ਸੱਚੀ ਹੋ ਜਗਰੂਪ ਆ। ਪੈਰੀ ਪੈਣਾ ਆਂਟੀ ਜੀ, ਪੈਰੀ ਪੈਣਾ। ਜਿਉਂਦਾ ਰਹਿ, ਵਸਦਾ ਰਹਿ। ਆ ਪੈਰੀ ਹੱਥ ਤਾਂ ਠੀਕ ਨੇ, ਤੂੰ ਵਿਆਹ ਤੋਂ ਬਾਅਦ ਭੁੱਲੇ ਗਿਆ ਕੀ ਆਂਟੀ ਜੀ? ਲੈ, ਤੈਨੂੰ ਕੁਛ ਵੀ ਯਾਦ ਨਹੀਂ ਹੈਗਾ? ਉਹਦਾ ਯਾਦ ਹੈ ਮੇਰੇ ਆਂਟੀ ਜੀ। ਤੂੰ ਤਾਂ ਭੁੱਲ ਗਿਆ ਪੁੱਤਰਾ, ਭੁੱਲ ਗਿਆ? ਨਹੀਂ ਨਹੀਂ ਆਂਟੀ ਜੀ, ਸਭ ਯਾਦ ਹੈ ਮੇਰੇ ਜੀ। ਯਾਦ ਹੈ? ਹਾਂਜੀ ਹਾਂਜੀ। ਹੈਂ, ਤੂੰ ਤਾਂ ਰਿੰਗ ਬੜੀ ਸੋਹਣੀ ਪਾਈ ਫਿਰਦਾ। ਲੈ ਦੇਖ ਲੈ, ਦੇਖਾਂ, ਦਿਖਾ ਦਿਖਾ ਦਿਖਾ। ਦੇਖ ਲਓ ਦੇਖ ਲਓ ਜੀ। ਲੈ, ਬਹੁਤ ਹੀ ਸੋਹਣੀ ਹੈ, ਤਾਂ ਕੱਢ ਕੇ ਦੇ, ਦੇਖੂਗੀ ਕਿਵੇਂ ਐਵੇਂ ਕਿਵੇਂ ਦਿਖੂਗੀ, ਦਿਖਾ ਮੈਨੂੰ। ਸੋਹਰਿਆਂ ਵਾਲੀ ਹੈ ਜੀ। ਉਹ ਸੋਹਰਿਆਂ ਵਾਲੀ ਵੀ ਤਾਂ ਮੈਂ ਹੀ ਪਵਾਈ ਹੈ, ਜੇ ਮੈਂ ਹੱਥ ਪੈਰ ਮਾਰੇ ਤਾਂ ਹੀ ਤੇਰੇ ਸੋਹਰੇ ਹੋਏ, ਤਾਂ ਹੀ ਤੈਨੂੰ ਅੰਗੂਠੀ ਪਈ, ਦਿਖਾ ਇੱਧਰ। ਸੋਹਣੀ ਹੈ, ਵਧੀਆ। ਚੱਲ ਫਿਰ ਐਂ ਕਰ, ਜਿੰਨੇ ਦਿਨ ਤੇਰਾ ਇੱਧਰਲਾ ਕੰਮ ਨਹੀਂ ਹੁੰਦਾ, ਮੈਂ ਆਹੀ ਅੰਗੂਠੀ ਰੱਖ ਲੈਣੀ ਹੈ, ਚੰਗਾ? ਆਂਟੀ ਜੀ, ਜੇ ਨਵਜੋਤ ਨੇ ਮੇਰੀ ਖਾਲੀ ਉਂਗਲੀ ਦੇਖ ਲਈ ਜੀ ਫਿਰ? ਉਹ ਲੈ, ਹੈ ਨਵਜੋਤ ਕੀ ਕਹੂਗੀ, ਕਹਿੰਦੀ ਝੂਠ ਬੋਲਦੀ ਇੰਨਾ ਕੁ ਵੀ ਮੇਰੀ ਤਾਂ ਅੰਗੂਠੀ ਕਿਤੇ ਗਿਰ ਗਈ, ਨਾਲੇ ਇਹ ਵਿਚੋਲਗਿਰੀ ਦੀ ਸਮਝ ਕੇ ਰੱਖ ਲਈ ਮੈਂ ਤਾਂ। ਮੌਜ ਕਰ ਹੁਣ, ਡੋਲਾ ਵੀ ਮੈਂ ਹੀ ਕਰਾਇਆ ਤੀ। ਅੱਛਾ, ਨਹੀਂ ਤਾਂ ਬੈਠਾ ਤੀ ਛੜਾ ਛੜਾ ਕਹਿਣ ਨੂੰ ਤਿਆਰ, ਤੇ ਲੋਕ ਤੈਨੂੰ ਕਿਹੜਾ ਰਿਸ਼ਤਾ ਭਾਲਦਾ ਤੀ ਤੂੰ? ਜੀ ਮੇਰੀ ਗੱਲ ਸੁਣੋ। ਕੀ ਹੋ ਗਿਆ, ਕਿੱਧਰ ਚੱਲੇ ਤੁਸੀਂ? ਮੈਂ ਕੰਮ ਜਾ ਕੇ ਆਣਾ ਮੜਾ ਜਾ। ਓਹੋ, ਕੰਮ ਤੁਸੀਂ ਬਾਅਦ ਚ ਕਰਿਓ, ਦੇਖਿਆ ਨਵਜੋਤ ਦੇ ਵਿਆਹ ਨੂੰ 10 ਦਿਨ ਹੋ ਗਏ, ਮੁੜ ਕੇ ਆਪਾਂ ਤਾਂ ਉਧਰ ਗੇੜਾ ਨਹੀਂ ਵੱਜਿਆ। ਓਹੋ, ਸ਼ਾਮ ਨੂੰ ਜਾਣੇ, ਮੈਨੂੰ ਜਾਣਾ ਜ਼ਰੂਰੀ ਕੰਮ ਹੈਗਾ। ਤੁਸੀਂ ਆਪਣੇ ਕੰਮ ਬਾਅਦ ਚ ਕਰ ਲਿਓ, ਮੈਂ ਤਾਂ ਪਹਿਲਾਂ ਆਪਣੀ ਭੈਣ ਕੋਲੇ ਜਾਊਂਗੀ। ਚਲੋ ਮੇਰੇ ਨਾਲ ਚੱਲੋ ਪਹਿਲਾਂ ਤੁਸੀਂ। ਚਲ ਆ ਜਾ। ਕੋਈ ਦੇਖਦਾ ਹੀ ਨਹੀਂ। ਨਵਜੋਤ, ਨਵਜੋਤ! ਓ ਬੱਲਾ ਵੀਰ, ਅੱਛਾ ਲੈ ਇੱਧਰ ਲਗਾ। ਸਤਿ ਸ਼੍ਰੀ ਅਕਾਲ। ਹੋਰ ਨਵਜੋਤ, ਠੀਕ ਹੈ? ਠੀਕ ਹੈ, ਵਧੀਆ ਵਧੀਆ। ਹਾਂਜੀ, ਆਜੋ ਬੈਠ ਜਾਓ।
ਹੋਰ ਠੀਕ ਰਹਿਣੀ ਨਵਜੋਤ? ਹਾਂਜੀ ਦੀਦੀ ਐਨ ਵਧੀਆ, ਤੁਸੀਂ ਸੁਣਾਓ? ਬਸ ਵਧੀਆ। ਮੈਂ ਕਿਹਾ ਅੱਜ ਮਿਲ ਕੇ ਆਵਾਂ, ਮੈਂ ਕਿਹਾ 10 ਦਿਨ ਹੋ ਗਏ ਵਿਆਹ ਹੋਏ ਨੂੰ, ਮੈਂ ਕਿਹਾ ਇਹ ਕਹੂਗੀ ਵੀ ਮੁੜ ਕੇ ਗੇੜਾ ਹੀ ਨਹੀਂ ਮਾਰੇ ਮੇਰੀ ਭੈਣ ਨੇ ਤਾਂ। ਏਦਾਂ ਕਰੋ ਤੁਸੀਂ ਬੈਠੋ ਗੱਲਾਂ ਕਰੋ, ਮੈਂ ਚਾਹ ਬਣਾ ਕੇ ਲੈ ਕੇ। ਉਹ ਮੇਰੀ ਗੱਲ ਸੁਣ, ਚਾਹ ਤਾਂ ਆਪਾਂ ਬਾਅਦ 'ਚ ਪੀਵਾਂਗੇ, ਹੁਣੇ ਪੀ ਕੇ ਆਏ ਹਾਂਗੇ ਚਾਹ ਤਾਂ। ਚੱਲ ਐਂ ਕਰ, ਕਾਹਨੂੰ ਮਾਣ ਤੋੜਨਾ, ਐਂ ਕਰ ਫਿਰ ਮਾੜੀ ਮਾੜੀ ਜਿਹੀ ਬਣਾ ਲਿਆ ਹੈਂ। ਵਧੀਆ ਜੀ, ਠੀਕ ਹੈ ਮੈਂ ਬਣਾ ਕੇ ਲੈ ਕੇ। ਹੋਰ ਜੀ ਗਰੂਪ ਕੰਮ ਕਰ ਕਿੱਦਾਂ? ਹਾਂ ਵਧੀਆ ਬਾਈ, ਵਧੀਆ। ਦੀਦੀ ਨੂੰ ਵੀ ਲਾਇਆ ਕਰੋ ਨਾਲ। ਮੈਂ ਇਹਨੂੰ ਕਿੱਥੇ ਮਨਾ ਕਰਦਾ, ਇਹ ਤਾਂ ਆਪੇ ਨੀ ਆਉਂਦੀ ਹੈਗੀ, ਮੈਂ ਤਾਂ ਆਪ ਕਹਿੰਦਾ ਚੱਲ ਜੋ ਕੋਲ ਮਿਲ ਕੇ ਆਈ ਜਾ ਕੇ। ਉਹਦਾ ਪਤਾ ਕੀ ਹੈਗਾ, ਘਰ ਦੇ ਕੰਮ ਹੀ ਨੀ ਮੁੱਕਦੇ ਹੈਗੇ। ਫਿਰ ਕਿਉਂ ਦੀਦੀ, ਕੰਮ ਤਾਂ ਇੱਦਾਂ ਹੀ ਚੱਲਦੇ ਰਹਿਣੇ ਆ, ਤੁਸੀਂ ਗੇੜਾ ਮਾਰਦੇ ਰਿਹਾ ਕਰੋ ਮੇਰੇ ਕੋਲ, ਮੇਰਾ ਵੀ ਦਿਲ ਲੱਗਾ ਰਹੇਗਾ। ਅਸੀਂ ਹੁਣ ਆ ਗਏ ਨਾ ਜਗਰੂਪ, ਤੂੰ ਭਾਈ ਮਿਲਾ ਲਈ ਸਾਡੇ ਨਾਲ ਹੈ। ਹਾਂ ਹਾਂ ਠੀਕ ਹੈ ਵੀਰ, ਹੈ ਚੱਲ ਚੱਲੀਏ ਫਿਰ ਆਪਾਂ। ਹਾਂ ਹੋਰ ਚੱਲੀਏ। ਜਾਣਾ ਕਿੱਥੇ ਆ, ਰੋਟੀ ਤਾਂ ਖਾ ਲਓ। ਓਹੋ ਰੋਟੀ ਫੇਰ ਸਹੀ, ਮੈਂ ਤਾਂ ਕੰਮ ਛੱਡ ਕੇ ਆਇਆ ਸੀ, ਇਹ ਕਹਿੰਦੀ ਹੁਣੀ ਜਾਣਾ ਹੁਣੀ ਜਾਣਾ ਗਾ। ਅੱਛਾ ਠੀਕ ਹੈ, ਚੱਲ ਫੇਰ ਆਵਾਂਗੇ ਕਿਤੇ। ਠੀਕ ਹੈ ਹਾਂ, ਚੱਲ ਠੀਕ ਹੈ ਬਾਈ, ਠੀਕ ਹੈ ਨਵਜੋਤ, ਚੰਗਾ 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 ਨਵਜੋਤ, ਠੀਕ ਚੰਗਾ ਭਾਬੀ ਜੀ, ਚੰਗਾ ਜੀ, ਆ ਜੀ ਚੰਗਾ ਹੁਣ। ਹਾਂਜੀ ਹਾਂਜੀ ਪੱਕਾ ਜੀ। ਵਾਹ ਵੀ ਵਾਹ, ਭਾਜੀ ਨੂੰ ਬੜੀਆਂ ਰੋਟੀਆਂ ਖਵਾਈਆਂ ਜਾ ਰਹੀਆਂ। ਕੀ ਹੋ ਗਿਆ? ਕੀ ਹੋਣਾ, ਤੈਨੂੰ ਨਹੀਂ ਪਤਾ ਲੱਗਿਆ ਕੀ ਹੋਇਆ ਮੈਨੂੰ? ਮੇਰੇ ਸਾਹਮਣੇ ਤੂੰ ਉਹਨੂੰ ਜੱਫੀਆਂ ਪਾਈ ਜਾ ਰਹੀ ਹੈ। ਤੇ ਉਹ ਮੇਰੇ ਭਰਾਵਾਂ ਵਰਗੇ ਹੈ। ਉਹ ਸ਼ਾਬਾਸ਼, ਤੇ ਭਰਾਵਾਂ ਨੂੰ ਇਦਾਂ ਜੱਫੀਆਂ ਪਾਉਂਦਾ ਕੋਈ? ਮੈਂ ਤਾਂ ਪਹਿਲੀ ਵਾਰ ਸੁਣਿਆ ਵੀ ਭਾਜੀ ਭਰਾਵਾਂ ਵਰਗਾ। ਤੁਸੀਂ ਸ਼ੱਕ ਕਿਉਂ ਕਰ ਰਹੇ ਹੋ? ਵੀ ਸ਼ੱਕ ਨਾ ਕਰਾਂ ਤਾਂ ਹੋਰ ਕੀ ਕਰਾਂ? ਮੈਂ ਤੁਹਾਨੂੰ ਸਮਝਾ ਨਹੀਂ ਸਕਦੀ ਹੈਗੀ, ਤੁਸੀਂ ਬਹੁਤ ਗਲਤ ਸੋਚ ਰਹੇ ਹੋ। ਚੱਲ ਮੈਂ ਜੋ ਸੋਚਦਾ ਠੀਕ ਸੋਚਦਾ, ਠੀਕ ਹੈ? ਨਾਲੇ ਆਪਣੇ ਭਾਜੀ ਨੂੰ ਕਹਿ ਦੀ ਜੇ ਆਉਣਾ ਹੋਊਗਾ ਮੇਰੀ ਹਾਜ਼ਰੀ 'ਚ ਆਵੇ, ਮੇਰੀ ਗੈਰ ਹਾਜ਼ਰੀ 'ਚ ਨਾ ਆਵੇ, ਸਮਝ ਗਈ? ਉਹਨੂੰ ਤਾਂ ਬੜੀਆਂ ਰੋਟੀਆਂ ਖਵਾ ਰਹੀ ਸੀ, ਜਾ ਹੁਣ ਮੇਰੇ ਵਾਸਤੇ ਵੀ ਲੈ ਗਿਆ। ਸਾਲਾ ਦਿਮਾਗ ਖਰਾਬ ਕਰਿਆ ਪਿਆ ਜਨਾ ਜੀ ਨੇ। ਕਿੱਦਾਂ ਦਾ ਬੰਦਾ ਇਹ, ਉੱਪਰੋਂ ਤਾਂ ਸਾਊ ਜਿਹਾ ਲੱਗਦਾ, ਵਿੱਚੋਂ ਸ਼ੈਤਾਨ ਹੈ। ਦੀਦੀ ਹੁਣਾਂ ਤਾਂ ਕਹਿੰਦੇ ਸੀ ਕਿ ਬਹੁਤ ਚੰਗਾ ਬੰਦਾ ਇਹ, ਇਹਦੇ ਵਰਗਾ ਇਨਸਾਨ ਤੈਨੂੰ ਕਦੀ ਜ਼ਿੰਦਗੀ 'ਚ ਨਹੀਂ ਮਿਲਣਾ। ਮੇਰੀ ਤਾਂ ਜ਼ਿੰਦਗੀ ਖਰਾਬ ਹੋ ਗਈ, ਹੁਣ ਤਾਂ ਮੈਂ ਉਹਨਾਂ ਨੂੰ ਵੀ ਕੁਛ ਨਹੀਂ ਕਹਿ ਸਕਦੀ। ਜੇ ਮੈਂ ਉਹਨਾਂ ਨੂੰ ਕੁਛ ਕਹਾਂਗੀ ਤਾਂ ਮੇਰੀ ਉਹ ਗਲਤੀ ਨਿਕਲੇਗੀ, ਹੁਣ ਤਾਂ ਕੱਟਣੀ ਉਹ ਪੈਣੀ ਹੈ ਜ਼ਿੰਦਗੀ। ਗੱਲ ਸੁਣ। ਹਾਂਜੀ। ਗੱਲ ਕੀਤੀ ਤੂੰ ਜ਼ਮੀਨ ਵਾਲੀ? ਮੈਂ ਹਲੇ ਕੋਈ ਗੱਲ ਨਹੀਂ ਕੀਤੀ ਉਹਨਾਂ ਦੇ ਨਾਲ। ਕਿਉਂ? ਇੱਕ ਵਾਰੀ ਭਾਜੀ ਹੁਣਾਂ ਨਾਲ ਗੱਲ ਹੋ ਜੇ, ਫਿਰ ਉਸ ਤੋਂ ਬਾਅਦ ਤੁਹਾਨੂੰ ਦੱਸ ਦੂੰਗੀ। ਜਦੋਂ ਭਾਜੀ ਸਾਰੀ ਜ਼ਮੀਨ ਆਪਣੇ ਨਾਮ ਲਵਾ ਗਿਆ ਫਿਰ ਗੱਲ ਕਰ ਲਈ। ਉਹ ਇਦਾਂ ਦੇ ਬੰਦੇ ਨਹੀਂ ਹੈਗੇ, ਉਹਨਾਂ ਨੇ ਮੈਨੂੰ ਪਾਲਿਆ ਬੱਚਿਆਂ ਵਾਂਗੂ, ਤੇ ਉਹ ਆਪਣੇ ਬੱਚੇ ਨਾਲ ਕਦੀ ਵੀ ਗਦਾਰੀ ਥੋੜਾ ਨਾ ਕਰਨਗੇ। ਉਹ ਲਾਲਚ ਕਿਸੇ ਨੇ ਤਿਆਗਿਆ? ਤੁਸੀਂ ਇੱਦਾਂ ਹੀ ਗੱਲਾਂ ਕਰੀ ਜਾਂਦੇ ਹੋ, ਇੱਕ ਵਾਰੀ ਮੈਨੂੰ ਗੱਲ ਕਰ ਲੈਣ ਦਿਓ, ਫਿਰ ਮੈਂ ਤੁਹਾਨੂੰ ਦੱਸ ਦੂੰਗੀ। ਜਾਂ ਫਿਰ ਗੱਲ ਕਰਕੇ ਆ ਜਾ, ਚੱਲ। ਕਿੱਦਾਂ ਦੀਆਂ ਗੱਲਾਂ ਕਰ ਰਹੇ ਹੋ? ਨਾ ਹੋਰ ਕਿੰਨਾ ਟਾਈਮ ਚਾਹੀਦਾ ਤੁਹਾਨੂੰ? ਮੈਂ ਕਰਦੀ ਹਾਂ ਉਹਨਾਂ ਦੇ ਨਾਲ ਗੱਲ, ਰੋਜ਼ ਹੁਣ ਕਰਦੀ ਹੈ ਹੁਣ ਕਰਦੀ ਹੈ, ਜਾਂ ਹੁਣੇ ਅੱਜੇ ਕਰਕੇ ਆ, ਚੱਲ ਜਾਂ ਗੱਲ ਕਰਕੇ ਆ। ਜੇ ਗੱਲ ਨਾ ਹੋਈ ਜ਼ਮੀਨ ਦੀ ਫਿਰ ਘਰੇ ਨਾ ਬੜੀ, ਚੱਲ। ਜੇ ਹੁਣ ਬਿਨਾਂ ਗੱਲ ਕਰੇ ਮੁੜੀ ਨਾ ਘਰੇ ਨਾ ਬੜੀ, ਜਾ। ਖੜੀ ਦੇਖਦੀ ਹੈ। ਮੈਂ ਉਹਨਾਂ ਦੇ ਕਹੇ ਤੇ ਆ ਤਾਂ ਗਈ, ਪਰ ਮੈਂ ਜ਼ਮੀਨ ਦੀ ਗੱਲ ਕਿੱਦਾਂ ਕਰਾਂਗੀ? ਗੱਲ ਤਾਂ ਕਰਨੀ ਪੈਣੀ ਹੈ। ਕੌਣ ਆ ਗਿਆ? ਨਵਜੋਤ ਤੂੰ? ਸਤਿ ਸ਼੍ਰੀ ਅਕਾਲ ਦੀਦੀ। ਸਤਿ ਸ਼੍ਰੀ ਅਕਾਲ। ਤੂੰ ਮੈਨੂੰ ਕਾਲ ਕਰ ਦਿੰਦੀ, ਮੈਂ ਉੱਧਰ ਹੀ ਆ ਜਾਂਦੀ। ਬਸ ਦੀਦੀ ਥੋੜ੍ਹਾ ਜਿਹਾ ਕੰਮ ਸੀ ਤਾਂ ਆ ਗਈ ਮੈਂ। ਆਵਾਂਗੇ ਆਵਾਂਗੇ ਯਾਰ, ਲੈ ਪਰਿਵਾਰ ਦੇ ਨਾਲ ਆਵਾਂਗੇ। ਹਾਂ
ਲੈ ਨੂੰ ਚਲੋ ਉੱਥੇ ਬੈਠ ਜਾ। ਸਤਿ ਸ਼੍ਰੀ ਅਕਾਲ, ਮੈਂ ਬਸ ਕਰਦਾ ਤੈਨੂੰ ਬਾਈ ਹੈ, ਘਰੇ ਆਇਆ ਕੋਈ? ਹੋਰ ਠੀਕ ਹੈ ਨੂਜੋਤ? ਹਾਂਜੀ ਭਾਜੀ ਠੀਕ ਆ। ਜਗਰੂਪ ਨਹੀਂ ਆਇਆ? ਉਹਨਾਂ ਨੂੰ ਕੰਮ ਸੀਗਾ ਥੋੜਾ ਜਿਹਾ, ਇਸ ਕਰਕੇ ਆਏ ਨਹੀਂ। ਅੱਛਾ ਅੱਛਾ, ਹੋਰ ਠੀਕ ਠਾਕ? ਹਾਂਜੀ ਚੱਲ ਵਧੀਆ। ਭਾਜੀ ਮੈਨੂੰ ਨਾ ਤੁਹਾਡੇ ਨਾਲ ਕੋਈ ਕੰਮ ਸੀਗਾ। ਹੈ ਇਹ ਜੇ ਤੈਨੂੰ ਕੀ ਕੰਮ ਪੈ ਗਿਆ? ਕੰਮ ਦੱਸ। ਹਾਂ ਦੱਸ। ਦੀਦੀ ਮੈਂ ਕਿੱਦਾਂ ਦੱਸਾਂ ਤੁਹਾਨੂੰ, ਘਰੇ ਨਾ ਥੋੜੀ ਪ੍ਰੋਬਲਮ ਆ ਰਹੀ ਹੈ ਤੇ ਉਹਨਾਂ ਨੇ ਕੰਮ ਸਟਾਰਟ ਕਰਨਾ ਸੀ, ਇੱਥੇ ਮੈਨੂੰ ਕੁਝ ਪੈਸਿਆਂ ਦੀ ਲੋੜ ਸੀ। ਲੈ ਫਿਰ ਘਾਬਰਨ ਦੀ ਕੀ ਗੱਲ ਹੈਗੀ, ਤੂੰ ਵੈਸੇ ਹੀ ਮੰਗ ਲੈ ਪੈਸੇ, ਹੱਦ ਹੋ ਗਈ ਤੇਰੇ ਵਾਲੀ। ਮੈਨੂੰ ਚੰਗਾ ਨਹੀਂ ਸੀ ਲੱਗ ਰਿਹਾ ਹੈਗਾ, ਮੈਨੂੰ ਸੀਗਾ ਦੀਦੀ ਹੁਣੀ ਪਤਾ ਨਹੀਂ ਕੀ ਸੋਚਣਗੇ ਮੇਰੇ ਬਾਰੇ। ਮੇਰੀ ਸੁਣ ਗੱਲ, ਸਾਨੂੰ ਵੀ ਪਤਾ ਵੀ ਜਗਰੂਪ ਨੌਕਰੀ ਪ੍ਰਾਈਵੇਟ ਕਰਦਾ ਹੈ ਨਾ, ਅੱਜ ਦੇ ਟਾਈਮ 'ਚ ਨੌਕਰੀ ਨਾਲ ਬਣਦਾ ਕੁਛ ਨਹੀਂ, ਕੋਈ ਕੰਮ ਕਾਰ ਸਟਾਰਟ ਕਰਨਾ ਚੰਗੀ ਗੱਲ ਹੈ। ਕਿੰਨੇ ਪੈਸੇ ਚਾਹੀਦੇ ਆ? ਮੈਨੂੰ ਭਾਜੀ 2 ਲੱਖ ਰੁਪਇਆ ਚਾਹੀਦਾ। 2 ਲੱਖ ਰੁਪਇਆ? 2 ਲੱਖ? 50,000 ਤਾਂ ਮੇਰੇ ਕੋਲ ਪਿਆ ਗਾ। ਤੂੰ ਇੱਦਾਂ ਕਰੀ, ਬਾਕੀ ਜਗਰੂਪ ਨੂੰ ਕਹੀਂ ਮੈਨੂੰ ਨਾ ਆਪਣਾ ਅਕਾਊਂਟ ਨੰਬਰ ਸੈਂਡ ਕਰ ਦੂਗਾ, ਠੀਕ ਹੈ? ਫਿਰ ਬਾਕੀ ਮੈਂ 1.5 ਲੱਖ ਰੁਪਇਆ ਉਹਦੇ ਮੈਂ ਅਕਾਊਂਟ 'ਚ ਪਾ ਦੂੰਗਾ। ਠੀਕ ਹੈ ਭਾਜੀ, ਤੂੰ ਬੈਠ, ਮੈਂ ਲੈ ਕੇ ਆਇਆ ਪੈਸੇ। ਕਰਮ ਜੀ ਚਾਹ ਚੂ ਬਣਾ ਦੂੰ। ਹਾਂਜੀ ਮੈਂ ਬਣਾਉਣੀ। ਨਵਜੋਤ ਮੈਨੂੰ ਇਹ ਦੱਸ ਵੀ ਇੰਨੇ ਪੈਸਿਆਂ ਦਾ ਉਹਨੇ ਕਰਨਾ ਕੀ ਹੈ? ਪਤਾ ਨਹੀਂ ਦੀਦੀ, ਉਹਨਾਂ ਨੂੰ ਹੀ ਪਤਾ ਹੈ। ਕੋਈ ਹੋਰ ਗੱਲ ਤਾਂ ਨਹੀਂ ਨਵਜੋਤ? ਨਹੀਂ ਦੀਦੀ ਕੋਈ ਗੱਲ ਨਹੀਂ। ਲੈ ਨਵਜੋਤ ਇਹ ਨਾ 50,000 ਰੁਪਇਆ ਹੈਗਾ ਅਤੇ ਬਾਕੀ 1.5 ਲੱਖ ਰਹਿ ਗਿਆ ਜਿਹੜਾ, ਮੈਨੂੰ ਨਾ ਘਰ ਜਾ ਕੇ ਜਗਰੂਪ ਦੇ ਫੋਨ ਤੋਂ ਅਕਾਊਂਟ ਨੰਬਰ ਸੈਂਡ ਕਰ ਦੇ, ਠੀਕ ਹੈ? ਠੀਕ ਹੈ ਭਾਜੀ। ਹਾਂ ਐਂ ਕਰੋ ਤੁਸੀਂ ਹੁਣ ਬਹਿ ਕੇ ਗੱਲਾਂ ਮਾਰੋ, ਮੈਂ ਚਾਹ ਕਰਕੇ ਲੈ ਕੇ। ਹਾਂ ਚਾਹ ਬਣਾ ਲਿਆ। ਅਤੇ ਨਵਜੋਤ ਕੋਈ ਹੋਰ ਗੱਲਬਾਤ ਹੋਈ, ਕੋਈ ਹੋਰ ਪੈਸੇ ਦੀ ਲੋੜ ਹੋਈ ਦੱਸ ਦੀ ਜਗੀ ਨਾ, ਠੀਕ ਹੈ? ਠੀਕ ਹੈ ਭਾਜੀ। ਹਾਂ ਬਾਕੀ ਉਹਨੂੰ ਕਹੀਂ ਜਗਰੂਪ ਨੂੰ ਮੇਰੇ ਨਾਲ ਗੱਲ ਕਰੇ, ਜਿਹੜਾ ਵੀ ਕੰਮ ਕਰਨਾ ਹੈਗਾ ਮੈਂ ਤੋਂ ਸਲਾਹ ਲੈ ਲੇ, ਠੀਕ ਹੈ? ਠੀਕ ਹੈ ਯਾਰ। ਉੱਧਰ ਆਂਟੀ ਨੇ ਕੰਨ ਖਾਏ ਪਏ ਆ, ਇੱਧਰ ਗੱਲ ਕਰਨ 'ਚ ਨਹੀਂ ਆਉਂਦੀ। ਹੋ ਗਈ ਜ਼ਮੀਨ ਦੀ ਗੱਲ? ਨਹੀਂ। ਫਿਰ ਤੂੰ ਕਰਕੇ ਗਿਆ ਹੀ ਹੈ? ਮੈਂ ਪੈਸੇ ਲੈ ਕੇ। ਉਹ ਪੈਸਾ ਮੈਂ ਸਿਰਮਾ ਮਾਰਨੇ, ਸਾਲੀ ਪਾਗਲ ਜਨਾਨੀ। ਤੈਨੂੰ ਕਿਹਾ ਜ਼ਮੀਨ ਦੀ ਗੱਲ ਕਰ ਲੈ, ਕੱਲ ਤੇਰੇ ਭਾਜੀ ਨੇ ਆਪਣੇ ਨਾਮ ਕਰਾ ਲੈਣੀ। ਸਾਲਾ ਜਾ ਦੇਖੋ ਭਾਜੀ, ਭਾਜੀ ਭਾਜੀ ਤੇਰਾ ਕਿਤੇ ਭਾਜੀ ਨਾਲੇ ਤਾਂ ਨਹੀਂ ਚੱਕਰ ਚੱਲ ਰਿਹਾ। ਹੁਣ ਜੇ ਥੋੜੀ ਜਿਹੀ ਵੀ ਆਵਾਜ਼ ਨਿਕਲ ਗਈ ਨਾ, ਇੱਥੇ ਦਫ਼ਨ ਕਰ ਦੂੰਗਾ। ਮੇਰੀ ਗੈਰ ਹਾਜ਼ਰੀ 'ਚ ਭਾਜੀ ਤੋਂ ਕਿੰਨੇ ਕੁ ਪੈਸੇ ਲੈ ਕੇ ਆਉਣੀ ਹੈ? ਬੋਲਦੀ ਨਹੀਂ ਹੁਣ? ਜੀ ਮੈਂ ਗੱਲ ਕਰਨ ਗਈ ਸੀ ਪਰ ਮੇਰੇ ਤੋਂ ਹਿੰਮਤ ਨਹੀਂ ਪਈ। ਹਿੰਮਤ ਨਹੀਂ ਪਈ? ਫਿਰ ਇਹ ਪੈਸੇ ਕਾਹਦੇ ਵਾਸਤੇ ਲੈ ਕੇ ਆਈ ਹੈ? ਇਹ ਮੈਂ ਤੁਹਾਡੇ ਲਈ ਲੈ ਕੇ ਆਈ ਸੀ। ਉਹ ਮੈਂ ਪੈਸੇ ਫਿਰ ਮੈਂ ਮਾਰਨੇ ਯਾਰ, ਫਿਰ ਉਹੀ ਗੱਲ ਸਾਲੀ ਪੁੱਠੀ ਜਨਾਨੀ। ਹੁਣ ਲਾਸਟ ਵਾਰਨਿੰਗ ਹੈ, ਸਮਝ ਗਈ ਨਾ? ਹੁਣ ਜਾ ਕੇ ਜ਼ਮੀਨ ਦੀ ਗੱਲ ਕਰਨੀ ਹੈ, ਕਿਸੇ ਵੀ ਤਰੀਕੇ ਨਾਲ ਕਰਨੀ ਹੈ। ਜਾ ਚਾਹ ਬਣਾ ਕੇ ਲਿਆ। ਚਲ ਪੈਸੇ ਵੀ ਕੰਮੇ ਆਉਂਗੇ। ਜਿੰਨੀ ਦੇਰ ਤੱਕ ਜ਼ਮੀਨ ਨਹੀਂ ਨਾਮ ਹੁੰਦੀ ਪੈਸੇ ਚਲਾਉਂਦੇ ਹੈ। ਕੀ ਕਰ ਰਹੇ ਹੋ ਮੰਮੀ? ਮੈਂ ਤਾਂ ਕੀ ਕਰਨਾ ਪੁੱਤ, ਮੈਂ ਕਿਹਾ 2 ਫੁਲਕੇ ਬਣਾ ਲਵਾਂ। ਚਲੋ ਤੁਸੀਂ ਬਣਾ ਲਓ ਮੰਮੀ ਰੋਟੀ ਤਾਂ। ਮੈਂ ਕਹਿੰਦੀ ਤੀ ਮੰਮੀ ਮੈਂ ਇਹਨਾਂ ਦੇ ਦੋਸਤ ਦੇ ਵਿਆਹ 'ਤੇ ਜਾਣਾ ਹੈਗਾ, ਫਿਰ ਇਹਨਾਂ ਨਾਲ ਤੁਸੀਂ ਮੈਨੂੰ ਗਹਿਣੇ ਦੇ ਦਿੰਦੇ। ਕੋਈ ਨਾ ਕੋਈ ਨਾ ਪੁੱਤ ਪਾ ਲੈ ਗਹਿਣੇ। ਗਹਿਣੇ ਕਿਹੜਾ ਕਿਸੇ ਹੋਰ ਨੇ ਪਾਉਣੇ, ਉਹ ਵੀ ਤੈਂ ਹੀ ਪਾਉਣੇ ਨੇ, ਤੇਰੀ ਉਹ ਚੀਜ਼ ਹੈ। ਤੂੰ ਐਂ ਕਰ, ਉਹ ਨਾ ਦਰਾਜ਼ 'ਚ ਚਾਬੀ ਪਈ ਹੈ, ਚੱਕ ਲੈ ਆਪੇ ਪਾ ਲੈ। ਸ਼ੁਕਰ ਆ ਤੈਨੂੰ ਸੌਂਕ ਜਾਗ ਗਿਆ, ਤੂੰ ਤਾਂ ਕਦੇ ਨਹੀਂ ਕੋਈ ਚੀਜ਼ ਪਾਉਂਦੀ ਕਰਮਜੀਤ। ਰੋਟੀ ਤਾਂ ਮੈਂ ਫੇਰ ਹੀ ਪਕਾਵਾਂ, ਪਹਿਲਾਂ ਉਹਨੂੰ ਨਾ ਫੋਨ ਕਰਾਂ ਗੁਰਪ੍ਰੀਤ ਨੂੰ। ਹੁਣ ਕਰਮਜੀਤ ਵੀ ਅੰਦਰ ਹੈ, ਕਰੇ ਆਵਾਂ ਫਟਾਫਟ ਭਰਾ। ਗਹਿਣੇ ਤਾਂ ਆਪ ਰੱਖੇ ਪਏ ਆ ਮੰਮੀ ਨੇ, ਲੈ ਪਰਸ ਵੀ ਨਹੀਂ ਲਾਇਆ ਹੈਗਾ। ਮੁੰਦੀ
ਹੁੰਦੀ ਮੈਂ ਦੇਖੀ ਦੇਖੀ ਲੱਗਦੀ ਹੈ। ਇਹ ਤਾਂ ਜਗਰੂਪ ਦੇ ਹੱਥ 'ਚ ਪਾਈ ਦੀ ਮੁੰਦੀ ਉਹੀ ਹੈ। ਇਹ ਮੰਮੀ ਕੋਲ ਕਿਵੇਂ ਆਈ? ਹੈਲੋ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਤਾਂ ਠੀਕ ਹੈ ਭਾਈ, ਕੀ ਵਾਅਦਾ ਕਰਿਆ ਸੀ ਪੁੱਤ ਤੈਂ? ਹੈਂ, ਦੇਖ ਲੈ ਇੱਕ ਮਹੀਨਾ ਬੀਤ ਗਿਆ, ਤੈਂ ਤਾਂ ਫਿਰ ਮੇਰਾ ਕੰਮ ਹੀ ਨਾ ਕਰਿਆ ਹੁਣ ਤੱਕ। ਨਹੀਂ ਆਂਟੀ, ਜ਼ੋਰ ਤਾਂ ਪੂਰਾ ਲਾ ਰੱਖਿਆ। ਉਹ ਤਾਂ ਗੱਲ ਠੀਕ ਹੈ ਭਾਈ ਤੇਰੀ, ਜ਼ਮੀਨ ਤਾਂ ਤੇਰੇ ਨਾਲ ਲੱਗ ਜੂਗੀ ਕੋਈ ਨਾ। ਮੈਂ ਤਾਂ ਐਂ ਕਹਿੰਦੀ ਸੀ, ਮੈਂ ਕਿਹਾ ਟਾਈਮ ਲੰਘ ਗਿਆ ਜ਼ਿਆਦੇ, ਤੂੰ ਮੇਰੇ ਨਾਂ ਪੁੱਤ ਆਪਣੇ ਵਾਲੀ ਦੇ 2 ਕਿੱਲੇ ਲਵਾ ਦੇ। ਹੈਂ, ਸਹੁਰੇ ਵਾਲੀ ਜ਼ਮੀਨ ਤਾਂ ਤੈਨੂੰ ਮਿਲਣੀ ਓ ਮਿਲਣੀ ਪੱਕਾ। ਓਹੋ ਜਗਰੂਪ, ਤੂੰ ਤਾਂ ਬੌਲ ਮਾਰਦਾ, ਐਂ ਥੋੜ੍ਹਾ ਹੁੰਦੀਆਂ ਨੇ ਗੱਲਾਂ। ਜਿਹੜਾ ਵਾਅਦਾ ਕਰਿਆ ਤੈਨੂੰ ਨਿਭਾਉਣਾ ਪਊਗਾ, ਉਹ ਹਰ ਹਾਲ 'ਚ ਤੂੰ ਫਿਰ ਲਵਾਉਂਦਾ ਰਹੀ ਆਪਣੀ। ਤੂੰ ਮੇਰੇ ਵਾਲਾ ਕੰਮ ਮੁਕਾ, ਨਾਂ ਲਵਾ ਕੇ ਜ਼ਮੀਨ ਦਾ। ਦੇਖ ਲੈ, ਤੂੰ ਤਾਂ ਮੈਨੂੰ ਲੱਗਦਾ ਭਾਈ ਟਾਲ ਮਟੋਲ ਲੱਗ ਗਿਆ ਕਰਨ। ਇਹ ਗੱਲ ਨਾ ਭੁੱਲੀ ਕਿਤੇ, ਜੇ ਅਸੀਂ ਤੇਰਾ ਰਿਸ਼ਤਾ ਕਰਵਾ ਸਕਦੇ ਹਾਂ ਤਾਂ ਤੜਵਾ ਵੀ ਸਕਦੇ ਹਾਂ। ਅੱਛਾ, ਸਮਝ ਕਰ ਲੈ ਮਾੜੀ ਮੋਟੀ। ਹਾਂ, ਕੋਸ਼ਿਸ਼ ਨਹੀਂ, ਕੰਮ ਕਰਕੇ ਮੈਨੂੰ ਦੱਸ 2-4 ਦਿਨ 'ਚ, ਜ਼ਰੂਰੀ ਹੈ ਇਹ। ਠੀਕ ਹੈ, ਕੰਮ ਕਰੂਗਾ ਕਿਵੇਂ ਨਹੀਂ, ਕਰਕੇ ਦਊ ਕੰਮ ਤਾਂ ਆਪੇ। ਮੈਂ ਦੱਸ ਨਹੀਂ ਸਕਦਾ, ਮੈਂ ਕਿਸ ਤਰ੍ਹਾਂ ਦੱਸਾਂ ਤੈਨੂੰ ਯਾਰ। ਓਹੋ, ਆਰਾਮ ਨਾਲ ਗੱਲ ਕਰ, ਕੀ ਗੱਲ ਹੋ ਗਈ? ਬਾਈ ਯਾਰ, ਜਦ ਮੈਂ ਜਗਰੂਪ ਦੇ ਘਰ ਕੋਲ ਦੀ ਜਾ ਰਿਹਾ ਤਾ ਨਾ, ਆਹਦਾ ਜਗਰੂਪ ਬਾਈ ਦਾ ਘਰ ਲੱਗਦਾ ਯਾਰ, ਆਵਾਜ਼ਾਂ ਕਾਹਦੀਆਂ ਆਉਂਦੀਆਂ ਯਾਰ, ਚੱਲ ਪੁੱਛਣਾ ਜਾ ਕੇ। ਹੁਣ ਜੇ ਥੋੜ੍ਹੀ ਜਿਹੀ ਵੀ ਆਵਾਜ਼ ਨਿਕਲ ਗਈ ਨਾ, ਇੱਥੇ ਦਫ਼ਨ ਕਰ ਦੂੰਗਾ। ਉਹ ਬੱਲੇ ਜਗਰੂਪ ਬਾਈ, ਕੀ ਹਾਲ ਹੈ? ਹਾਂਜੀ ਵੀਰ, ਮੈਂ ਲੰਘਿਆ ਜਾਂਦਾ ਤਾ ਯਾਰ। ਹਾਂਜੀ ਹਾਂਜੀ, ਆਵਾਜ਼ਾਂ ਜਿਹੀਆਂ ਸੁਣ ਕੇ ਇੱਧਰ ਨੂੰ ਆ ਗਿਆ, ਮੈਂ ਚੱਲ ਪੁੱਛਦਾ ਕਾਹਦੀਆਂ ਆਵਾਜ਼ਾਂ ਜਿਹੀਆਂ ਆਉਂਦੀਆਂ ਯਾਰ ਬਾਈ। ਉਹ ਤਾਂ ਯਾਰ ਫਿਲਮ ਲਾਈ ਵੀ ਸੀਗੀ, ਉਹ ਅਸੀਂ ਬੂਫਰ ਤੇ ਲਾਤੀ। ਅੱਛਾ, ਹਾਂ ਉਹ ਵਿੱਚ ਆਵਾਜ਼ਾਂ ਜਿਹੀਆਂ ਆ ਰਹੀਆਂ ਸੀ। ਅੱਛਾ, ਓਹੋ ਠੀਕ ਠੀਕ ਹੈ, ਮੈਂ ਤਾਂ ਲੰਘਿਆ ਜਾਂਦਾ ਤਾ, ਮੈਂ ਚੱਲ ਪੁੱਛਦਾ, ਗੱਲ ਤਾਂ ਫੇਮੀ ਹੋ ਗਈ ਹੋਣੀ ਮੈਨੂੰ। ਚਲੋ ਕੋਈ ਨਹੀਂ, ਕਰੋ ਇੰਜੋਏ ਫਿਰ। ਹੈ ਠੀਕ ਹੈ, ਠੀਕ ਹੈ ਫਿਰ। ਗੱਲ ਕੁਛ ਹੋਰ ਹੈ ਯਾਰ ਬਾਈ, ਗੱਲ ਕੋ ਗਿਆ ਜਗਰੂਪ, ਚੱਲ ਗੁਰਿੰਦਰ ਬਾਈ ਨਾਲ ਕਰਦੇ ਗੱਲ ਯਾਰ। ਅੱਛਾ ਯਾਰ, ਬੰਦਾ ਲੱਗਦਾ ਤਾਂ ਹੈ ਨਹੀਂ ਇਸ ਤਰ੍ਹਾਂ ਦਾ। ਉਹ ਬਾਈ ਲੱਗਦਾ ਤਾਂ ਮੈਨੂੰ ਵੀ ਨਹੀਂ, ਮੈਂ ਤਾਂ ਘਰ ਕੋਲ ਦੀ ਜਾ ਰਿਹਾ ਤਾ ਯਾਰ, ਜਦ ਮੈਂ ਉਹਨੂੰ ਪੁੱਛਿਆ ਘਰ ਦੀ ਬੈਲ ਵਾਰੀ ਆ, ਜਦ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਬਾਈ ਆ ਰੋਲਾ ਜਿਹਾ ਕਾਹਦਾ ਪੈਂਦਾ, ਕਹਿੰਦਾ ਅਸੀਂ ਤਾਂ ਫਿਲਮ ਦੇਖ ਰਹੇ ਹਾਂ। ਪਰ ਮੈਨੂੰ ਬਾਈ ਫਿਲਮ ਦੇਖਣ ਵਾਲਾ ਕੋਈ ਉਹ ਲੱਗ ਨਹੀਂ ਰਿਹਾ, ਤਾਂ ਮੈਨੂੰ ਐਂ ਲੱਗ ਰਿਹਾ ਜਿਵੇਂ ਨਵਜੋਤ ਉਹਨੂੰ ਕੁੱਟ ਰਿਹਾ ਹੈ, ਨਵਜੋਤ ਠੀਕ ਨਹੀਂ ਹੈ ਉੱਥੇ। ਯਾਰ ਇੱਕ ਦਿਨ ਨਵਜੋਤ ਮੇਰੇ ਕੋਲ ਆਈ ਸੀ। ਅੱਛਾ, ਉਹ ਪੈਸੇ ਲੈ ਕੇ ਗਈ ਹੈ, ਪਰ ਮੈਨੂੰ ਲੱਗਦਾ ਵੀ ਗੱਲ ਕੁਛ ਹੋਰ ਕਰਨ ਆਈ ਤੇ ਉਹ ਗੱਲ ਟਾਲ ਗਈ। ਬਾਈ ਫਿਰ ਪੁੱਛ ਨਵਜੋਤ ਨੂੰ ਯਾਰ। ਚੱਲ ਇੱਦਾਂ ਕਰਦਾ ਵੀ, ਮੈਂ ਕਰਮਜੀਤ ਕੋਲ ਗੱਲ ਕਰਦਾਂਗਾ, ਫਿਰ ਅਸੀਂ ਨਵਜੋਤ ਨੂੰ ਬਿਠਾਲ ਕੇ ਪੁੱਛਾਂਗੇ। ਹਾਂ ਚੱਲ, ਹੁਣ ਮੈਂ ਚੱਲਦਾਗਾ। ਚੱਲ ਠੀਕ ਹੈ, ਮੈਂ ਵੀ ਚੱਲਦਾ ਯਾਰ। ਆ ਜਾ। ਮੁੰਦੀ ਕਿਵੇਂ ਆ ਗਈ ਮੰਮੀ ਕੋਲ? ਹੁਣ ਤਾਂ ਕੋ ਵੀ ਨਹੀਂ ਆਏ ਹੈਗੇ, ਕਿੰਨਾ ਟਾਈਮ ਹੋ ਗਿਆ। ਮੁੰਦੀ ਤਾਂ ਜਗਰੂਪ ਦੀ ਤੀ, ਇਹ ਪਤਾ ਜਿਹਾ ਨਹੀਂ ਲੱਗ ਰਿਹਾ ਹੈਗਾ ਮੈਨੂੰ। ਓਹੋ ਕਿੰਨਾ ਟਾਈਮ ਲਾਤਾ ਤੁਸੀਂ ਨੇ, ਮੈਂ ਕਦੋਂ ਦੀ ਉਡੀਕੀ ਜਾਂਦੀ ਹਾਂ ਤੁਹਾਨੂੰ। ਕੀ ਗੱਲ ਹੋ ਗਈ ਤੁਹਾਨੂੰ? ਉਹ ਮੇਰੀ ਗੱਲ ਤਾਂ ਸੁਣੋ, ਮੈਂ ਨਾ ਮੰਮੀ ਦੇ ਅਲਮਾਰੀ 'ਚ ਮੁੰਦੀ ਦੇਖੀ ਜਗਰੂਪ ਦੀ। ਜਗਰੂਪ ਦੀ ਮੁੰਦੀ ਮੰਮੀ ਦੀ ਅਲਮਾਰੀ 'ਚ? ਹੌਲੀ ਬੋਲੋ, ਸੁਣ ਨਾ ਲਵੇ ਕਿਤੇ ਮੰਮੀ। ਕੀ ਗੱਲਾਂ ਕਰ ਰਹੀ ਹੈ ਤੂੰ?
ਉਹ ਮੈਂ ਮੁੰਦੀ ਪਰਾਂ ਰੱਖ ਲਈ ਅੱਜ ਤੁਹਾਨੂੰ ਵੀ ਦਿਖਾਵਾਂ ਮੈਂ ਤਾਂ ਕੋਈ ਦਾਲ 'ਚ ਕਾਲਾ ਲੱਗਦਾ ਉਦੇ ਵੀ ਨਵਜੋਤ ਬਹੁਤ ਘਾਬਰੀ ਪਈ ਸੀ ਅੱਜ ਮੈਨੂੰ ਚਾਰ ਮਿਲਿਆ ਅੱਛਾ ਹਾਂ ਮਾਰਕੀਟ 'ਚ ਚਾਰ ਕਹਿੰਦਾ ਬਾਈ ਮੈਂ ਨਾ ਇੱਕ ਦਿਨ ਜਗਰੂ ਦੇ ਘਰ ਦੇ ਅੱਗੇ ਨਿਕਲਿਆ ਜਾ ਰਿਹਾ ਤਾ ਹੈ ਨਾ ਅਤੇ ਅੰਦਰੋਂ ਆਵਾਜ਼ਾਂ ਆ ਰਹੀਆਂ ਰੌਲੇ ਜਿਹੇ ਦੀਆਂ ਕਹਿੰਦਾ ਜਦੋਂ ਮੈਂ ਬੈੱਲ ਮਾਰੀ ਬਾਹਰ ਜਗਰੂਪ ਨਿਕਲਿਆ ਮੈਂ ਉਹਨੂੰ ਪੁੱਛਿਆ ਵੀ ਬਾਈ ਕੀ ਗੱਲ ਸੁੱਖ ਵੀ ਹੈ ਉਹ ਕਹਿੰਦਾ ਮੈਂ ਤਾਂ ਫਿਲਮ ਦੇਖ ਰਿਹਾ ਤੇ ਪਰ ਕਹਿੰਦਾ ਬਾਈ ਮੈਨੂੰ ਗਲਤ ਲੱਗਿਆ ਕੁਛ ਮੈਨੂੰ ਤਾਂ ਲੱਗਦਾ ਉਹ ਤੰਗ ਕਰਨ ਲੱਗ ਗਿਆ ਨਵਜੋਤ ਨੂੰ ਫਿਰ ਮੰਮੀ ਦੇ ਵਿੱਚ ਕੀ ਰੋਲ ਹੈ ਕੀ ਮੈਨੂੰ ਲੱਗਦਾ ਜਿਹੜਾ ਕੁਛ ਕਰਾ ਰਹੀ ਹੈ ਮੰਮੀ ਉਹ ਕਰਾ ਰਹੀ ਹੈ ਮੁੰਦੀ ਵੀ ਮੰਮੀ ਲਵੇ ਪਈ ਹੈ ਮੈਂ ਚੱਕ ਕੇ ਆਪਦੀ ਡੱਬੀ 'ਚ ਰੱਖ ਲਈ ਟੂਮ ਵਾਲੀ ਤੂੰ ਇੱਦਾਂ ਕਰ ਫਿਰ ਤੂੰ ਨਵਜੋਤ ਨੂੰ ਨਾ ਫੋਨ ਕਰਕੇ ਬਾਹਰ ਬੁਲਾ ਲੈ ਉਹ ਤਾਂ ਮੈਂ ਬੁਲਾ ਲੈਂਦੀ ਹਾਂ ਫਿਰ ਉਹਦੇ ਨਾਲ ਆਪਾਂ ਗੱਲ ਕੀ ਕਰਾਂਗੇ ਮੈਂ ਆਪੇ ਗੱਲ ਕਰੂੰਗਾ ਤੂੰ ਫਿਕਰ ਨਾ ਕਰ ਠੀਕ ਹੈ ਚਲੋ ਠੀਕ ਹੈ ਚਲ ਕੋਈ ਅੰਦਰ ਚੱਲ ਪਹਿਲਾਂ ਮਾੜਾ ਦੇਖੋ ਆਈ ਨਹੀਂ ਹੈਗੀ ਹਾਲੇ ਤੱਕ ਕਿੰਨਾ ਟਾਈਮ ਹੋ ਗਿਆ ਆਜੋ ਆਜੋ ਦੀਦੀ ਕੀ ਗੱਲ ਹੋ ਗਈ ਕੀ ਗੱਲ ਕਰਨੀ ਸੀਗੀ ਚੱਲ ਬੈਠ ਪਹਿਲਾਂ ਬੈਠ 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 ਦੀਦੀ ਕੀ ਗੱਲ ਹੋ ਗਈ ਮੈਂ ਤੈਨੂੰ ਸਾਰੀ ਗੱਲ ਦੱਸਦਾ ਪਹਿਲਾਂ ਤੂੰ ਮੈਨੂੰ ਐਂ ਦੱਸ ਜਗਰੂਪ ਦਾ ਤੇਰੇ ਨਾਲ ਵਿਵਹਾਰ ਕਿਵੇਂ ਹੈਗਾ ਸੱਚੀ ਦੱਸੀ ਝੂਠ ਨਾ ਬੋਲੀ ਦੀਦੀ ਉਹ ਮੈਨੂੰ ਬਹੁਤ ਤੰਗ ਕਰਦਾ ਮੈਨੂੰ ਮਾਰਦਾ ਕੁੱਟਦਾ ਮੇਰੇ ਤੋਂ ਜ਼ਮੀਨ ਮੰਗਦਾ ਮੈਨੂੰ ਕਹਿੰਦਾ ਆਪਣੇ ਭਾਅ ਜੀ ਉਹਨਾਂ ਨੂੰ ਕਹਿ ਕਿ ਮੈਨੂੰ ਜ਼ਮੀਨ ਲੈ ਕੇ ਦੇ ਦੀਦੀ ਤੁਸੀਂ ਤਾਂ ਇਹੀ ਸੋਚਦੇ ਰਹਿ ਗਏ ਕਿ ਉਹ ਬਹੁਤ ਸਾਊ ਬੰਦਾ ਹੈ ਪਰ ਦੀਦੀ ਸ਼ੈਤਾਨ ਹੈ ਉਹ ਸ਼ੈਤਾਨ ਉਹ ਤਾਂ ਮੈਨੂੰ ਭਾਅ ਜੀ ਦੇ ਨਾਲ ਵੀ ਗਲਤ ਕਹਿੰਦਾ ਬਹੁਤ ਗਲਤ ਸੋਚਦਾ ਮੇਰੇ ਬਾਰੇ ਇੰਨੀ ਗੰਦੀ ਸੋਚ ਉਹ ਬੰਦੇ ਦੀ ਦੀਦੀ ਮੈਂ ਬਹੁਤ ਤੰਗ ਹਾਂ ਮੈਨੂੰ ਇੱਥੋਂ ਲੈ ਜਾ ਮੈਂ ਨਹੀਂ ਰਹਿਣਾ ਇਹਦੇ ਕੋਲ ਜਾਨਵਰ ਉਹ ਦੇਖਣ ਨੂੰ ਕਹਿੰਦਾ ਭੋਲਾ ਭੋਲਾ ਲੱਗਦਾ ਹੈ ਮੈਂ ਦੀਦੀ ਬਹੁਤ ਤੰਗ ਹਾਂ ਮੈਂ ਕਦੀ ਤੁਹਾਡੇ ਨਾਲ ਗੱਲ ਨਹੀਂ ਕੀਤੀ ਹੈਗੀ ਮੇਰੇ ਕੋਲ ਤੁਹਾਡੇ ਨਾਲ ਗੱਲ ਹੁੰਦੀ ਨਹੀਂ ਹੈਗੀ ਮੈਂ ਕਿੱਦਾਂ ਮੰਗ ਲਾਂ ਜ਼ਮੀਨ ਤੂੰ ਮੈਨੂੰ ਗੱਲ ਤਾਂ ਦੱਸ ਦੀ ਇੱਕ ਵਾਰੀ ਮੈਂ ਬਸ ਚੁੱਪ ਸੀਗੀ ਦੀਦੀ ਕਿਉਂਕਿ ਮੈਂ ਆਪਣੇ ਹਰਟ ਨਹੀਂ ਕਰ ਸਕਦੀ ਮੈਨੂੰ ਸੀਗਾ ਕਿ ਮੈਂ ਤੁਹਾਡੇ ਨਾਲ ਜ਼ਮੀਨ ਦੀ ਗੱਲ ਕਰਾਂਗੀ ਤੁਸੀਂ ਪਤਾ ਨਹੀਂ ਮੇਰੇ ਬਾਰੇ ਕੀ ਸੋਚੋਗੇ ਓਹੋ ਤੂੰ ਮੇਰੀ ਗੱਲ ਸੁਣ ਪਤਾ ਸਾਨੂੰ ਲੱਗਦਾ ਨਾ ਜੇ ਝੁਝਾਰ ਮੈਨੂੰ ਘਰੇ ਆ ਕੇ ਦੱਸਦਾ ਨਾ ਠੀਕ ਹੈ ਦੋਸਤ ਆਇਆ ਸੀਗਾ ਸਾਡੇ ਘਰੇ ਅੱਛਾ ਸਾਨੂੰ ਉਹਨੇ ਦੱਸਿਆ ਵੀ ਉਹਨਾਂ ਦੇ ਘਰ ਤਾਂ ਬਹੁਤ ਰੌਲਾ ਪੈ ਰਿਹਾ ਸੀ ਠੀਕ ਹੈ ਬਾਕੀ ਰਹਿੰਦੀ ਖੁੰਦੀ ਕਸਰ ਇਹਨੂੰ ਮੁੰਦੀ ਲੈ ਕੇ ਪਤਾ ਲੱਗ ਗਿਆ ਜਗਰੂਪ ਦੀ ਮੁੰਦੀ ਸਾਡੇ ਘਰੇ ਸੀ ਮੇਰੀ ਮੰਮੀ ਕੋਲ ਅੱਛਾ ਦੀਦੀ ਤਾਂ ਦੇਖੀ ਨਹੀਂ ਹੈਗੀ ਉਹਦੇ ਹੱਥ 'ਚ ਨਹੀਂ ਮੈਂ ਤਾਂ ਹੀ ਮੈਂ ਦੇਖ ਰਹੀ ਸੀਗੀ ਉਹਨਾਂ ਦੀ ਮੁੰਦੀ ਕਿੱਥੇ ਗਈ ਪਰ ਮੈਨੂੰ ਮਿਲੀ ਨਹੀਂ ਹੈਗੀ ਉਹ ਮੁੰਦੀ ਨਾ ਮੰਮੀ ਨੇ ਲੈ ਲਈ ਉਹ ਤੋਂ ਇਹ ਸਾਰਾ ਕਰਿਆ ਕਰਿਆ ਮੇਰੀ ਮੰਮੀ ਦਾ ਔਰ ਜਗਰੂਪ ਦਾ ਗਾ ਕਿੰਨੇ ਲਾਲਚੀ ਹੈ ਇਹਨਾਂ ਨੇ ਸਿਰਫ ਜ਼ਮੀਨ ਦੇ ਖਾਤਰ ਮੇਰੇ ਨਾਲ ਵਿਆਹ ਕਰਵਾਇਆ ਸਿਰਫ ਜ਼ਮੀਨ ਦੇ ਖਾਤਰ ਦੀਦੀ ਚੱਲ ਤੂੰ ਗੱਲ ਸੁਣ ਹੁਣ ਮੇਰੀ ਹੁਣ ਤੂੰ ਨਾ ਚੁੱਪ ਰਹੀ ਕਿਸੇ ਕੋਲ ਕੋਈ ਗੱਲ ਨਾ ਕਰੀ ਅਸੀਂ ਦੇਖਾਂਗੇ ਉਹਨੂੰ ਅਸੀਂ ਸਿੱਧਾ ਕਰਾਂਗੇ ਠੀਕ ਹੈ ਠੀਕ ਹੈ ਤੂੰ ਫਿਕਰ ਨਾ ਕਰ ਠੀਕ ਤੂੰ ਚੁੱਪ ਚਾਪ ਇੱਦਾਂ ਹੀ ਚਾਹੀਦੀ ਰਹਿ ਥੋੜੇ ਦਿਨ ਹੋਰ ਹਾਂ ਇਹਨੂੰ ਤਾਂ ਮੈਂ ਸਭ ਕੁਛ ਖਾ ਕੇ ਜਾਊਂਗੀ ਠੀਕ ਹੈ ਠੀਕ ਹੈ ਠੀਕ ਹੈ ਤੂੰ ਕਿਤੇ ਆ ਨਾ ਜਾਵੇ ਹੁਣ ਸਾਨੂੰ ਜਾਣ ਦੀ ਠੀਕ ਹੈ ਠੀਕ ਹੈ ਦੀਦੀ ਕੋਈ ਗੱਲ ਨਾ ਕਰੀ ਚੰਗਾ 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 ਆ ਜਾ ਐਂ ਕਰਦੇ ਹਾਂ ਆਪਾਂ ਮੰਮੀ ਨੂੰ ਨਾਲ ਵੀ ਚੱਲਦੇ ਹਾਂ ਨਾ ਹੋਰ ਨਾਲ ਤੇ ਲੈ ਕੇ ਜਾਣਾ ਹਾਂ ਮੰਮੀ ਹਾਂ ਪੁੱਤ ਐਂ ਕਰੋ ਸਾਡੇ ਨਾਲ ਚੱਲੋ ਕਿੱਥੇ ਜਾਣਾ ਹੈ ਨਵਜੋਤ ਦੇ ਘਰੇ ਜਾਣਾਗਾ ਕੀ ਗੱਲ ਪੁੱਤ ਸੁੱਖ ਵੀ ਹੈ ਓਹੋ ਹੁਣ ਟਾਈਮ ਆ ਗਿਆ ਜਿਹੜੀ ਇਹਦੇ ਨਾਲ ਜ਼ਮੀਨ ਹੈ ਉਹ ਮੇਰੇ ਨਾਲ ਹੋ ਜੂਗੀ ਅੱਛਾ ਜਿਹੜੀ ਨਵਜੋਤ ਕੋਲ ਜ਼ਮੀਨ ਹੈਗੀ ਉਹ ਜਗਰੂ ਦੇ ਨਾਲ ਹੋ ਜੂਗੀ ਹੋਰ ਮੰਮੀ ਮੈਂ ਵੀ ਸੋਚਿਆ ਵੀ ਹੁਣ ਅਸੀਂ ਕੀ ਕਰਨੀ ਹੈ ਜ਼ਮੀਨ ਇਹਨਾਂ ਦੇ ਨਾਂ ਲਵਾ ਹੀ ਦਿੰਦੇ ਹਾਂ ਹੋਰ ਹੋਰ ਧੀਏ ਆ ਤਾਂ ਤੁਸੀਂ ਬਹੁਤ ਵਧੀਆ ਸੋਚ ਲਿਆ ਤੁਸੀਂ ਕੀ ਕਰਨੀ ਨਾਲੇ ਦੋਵੇਂ ਭੈਣਾਂ ਨੇ ਜ਼ਮੀਨ ਤੁਸੀਂ ਮੰਮੀ ਐਂ ਕਰੋ ਆ ਜਾਓ ਨਾਲ ਆ ਜਾਓ ਚੱਲ ਚੱਲ ਹੁਣ ਬਣੂਗੀ ਗੱਲ ਜਦ ਲੱਗੀ ਜ਼ਮੀਨ ਨਾਂ ਜਗਰੂਪ ਦੇ ਤਾਂ ਹੀ ਕੁਛ ਬਣੂਗਾ ਮੇਰਾ ਵੀ ਤਾਂ ਹੀ ਮਿਲੂਗਾ ਮਾੜਾ ਮੋਟਾ ਕੋਈ ਇਹ ਤਾਂ ਰੱਬ ਨੇ ਨੱਕੇ ਹੀ ਛੱਡਤੇ ਫੇਰ ਕਰੂੰਗੀ ਫੋਨ ਤਾਂ ਹੁਣ ਕਿਸੇ ਨੂੰ ਹਾਂ ਵੀ ਜਗਰੂਪ ਸਿਆ ਓ ਬਾਈ ਕੀ ਹਾਲ ਹੈ ਵਾਹ ਵਧੀਆ ਜੀ ਠੀਕ ਠਾਕ ਬਹੁਤ ਵਧੀਆ ਜੀ ਸਤਿ ਸ਼੍ਰੀ ਅਕਾਲ ਆਂਟੀ ਜੀ ਸਤਿ ਸ਼੍ਰੀ ਅਕਾਲ ਭਾਬੀ ਜੀ ਆ ਜਾ ਬੈਠ ਨਵਜੋਤ ਨਹੀਂ ਦੇਖਦੇ ਇੱਥੇ ਹੈ ਜੀ ਨਵਜੋਤ ਹਾਂਜੀ ਦੇਖੋ ਸਤਿ ਸ਼੍ਰੀ ਅਕਾਲ ਨਵਜੋਤ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੈ ਹਾਂਜੀ ਚਲੋ ਵਧੀਆ ਅੱਛਾ ਅੱਜ ਗਰੂਪ ਗੱਲ ਸੁਣ ਮੈਂ ਕੰਮ ਆਇਆ ਤੇਰੇ ਕੋਲ ਇੱਕ ਅੱਛਾ ਵੀਰ ਹਾਂ ਮੈਂ ਸੋਚਿਆ ਵੀ ਚੱਲ ਅੱਜ ਜਿਹੜੀ ਜ਼ਮੀਨ ਹੈਗੀ ਨਵਜੋਤ ਦੀ ਉਹ ਤੇਰੇ ਨਾਲ ਲੱਗ ਜੂਗੀ ਅਤੇ ਜਿਹੜੀ ਕਰਨ ਦੀ ਜ਼ਮੀਨ ਹੈ ਉਹ ਮੇਰੇ ਨਾਲ ਲੱਗ ਜੂਗੀ
कि नंबर है एक तो रजिस्ट्री भी एक जगह होगी है ना। मैं कहना भी चल तेरे साइन करा लिया वा ओ इन्नी काली भी कानू करनी थी वीर ओहो ए असि ने एक दिन तो नौ लगाउनी ही थी। हां जी काली नु की है पुत्त जेड़ा काम हो जवे ओही वधिया होर हुण कल कोई गलबात हुंदी है कोई 100 लेन देन करना हुण ए थोड़ो घूमदे फिरूंगे कचहरियां च बंदे घूमण गए 100 लोन लेना 100 लेन देन करना है कबीलदारी 100 कुछ करना पै जांदा। नवजोत पेन ले गया हां देखो पेन हैगा मेरे कोल अच्छा तू साइन कर फटाफट फिर किथे जाना इथे कर दे इथे कर दे मैं ना फिर जाके कागज जमा करवाने हैं ये ले भाई अगले पेज पे भी हां इथे इथे भी कर दे इथे भी कर दे ले भाई हो गया साइन ले कर तू भी साइन कर दे फिर हां ਲੈ ਨਜੋਤ ਤੂੰ ਵੀ ਸਾਈਨ ਕਰ ਦੇ ਲੈ ਚਲ ਲਿਆ ਸਾਰਾ ਕੰਮ ਹੋ ਗਿਆ ਆ ਕੰਮ ਹੋ ਗਿਆ ਵਧੀਆ ਵਧੀਆ ਹੋ ਗਿਆ ਹੈ ਖੁਸ਼ ਹੈ ਹੁਣ ਬਹੁਤ ਖੁਸ਼ ਹੈ ਭਾਈ ਹੈ ਬਹੁਤ ਖੁਸ਼ ਹੈ ਪੱਕੀ ਗੱਲ ਹੈ ਹਾਂਜੀ ਫਿਰ ਐਂ ਕਰਦਾ ਪਹਿਲਾਂ ਦੇਖ ਤਾਂ ਲੈਂਦੇ ਵੀ ਕਾਗਜ਼ ਕਾਹਦੇ ਹੈਗੇ ਬਸ ਭਰੋਸਾ ਭਾਈ ਤੁਹਾਡੇ ਤੇ ਪੱਕੀ ਗੱਲ ਹੈ ਹਾਂ ਹਾਂ ਜਗਰੂਪ ਸਿੰਘ ਭਰੋਸਾ ਅਸੀਂ ਵੀ ਕੀਤਾ ਸੀ ਕਿਸੇ ਤੇ ਪਰ ਸਾਨੂੰ ਧੋਖਾ ਮਿਲ ਗਿਆ ਕੀ ਤੋਂ ਬਈ ਜਿਵੇਂ ਤੂੰ ਸਹਿਣ ਕਰਤੇ ਨਾ ਅੱਖਾਂ ਬੰਦ ਕਰਕੇ ਬਿਨਾਂ ਪੜ੍ਹੇ ਤੋਂ ਅਸੀਂ ਵੀ ਨਾ ਨਵਜੋਤ ਦਾ ਰਿਸ਼ਤਾ ਇੱਕ ਗੰਦੇ ਬੰਦੇ ਨਾਲ ਅੱਖਾਂ ਬੰਦ ਕਰਕੇ ਕਰਤਾ ਸੀ ਬਈ ਮੈਥੋਂ ਕੀ ਗਲਤੀ ਹੋ ਗਈ ਗਲਤੀ ਹੋ ਗਈ ਤੇ ਤੋਂ ਪੜ੍ਹ ਕੀ ਹੈਗਾ ਇਹ ਅਸੀਂ ਵੀ ਏਦਾਂ ਹੀ ਅੱਖਾਂ ਬੰਦ ਕਰਕੇ ਤੇਰੇ ਤੇ ਭਰੋਸਾ ਕੀਤਾ ਸੀ ਮੰਮੀ ਤੁਸੀਂ ਤਾਂ ਚੁੱਪ ਕਰ ਜਾਓ ਇੱਥੇ ਚੁੱਪ ਕਰ ਜਾਓ ਤੁਸੀਂ ਪਰ ਤੁਸੀਂ ਕਹਿ ਕੇ ਤਾਂ ਕੀ ਲੈ ਕੇ ਆਏ ਤੇ ਮੈਨੂੰ ਚੁੱਪ ਕਰ ਜਾਓ ਸਭ ਕੁਝ ਦੱਸੂਗਾ ਹੌਲੀ ਹੌਲੀ ਉਹ ਇਹ ਕੀ ਤੁਸੀਂ ਤਾਂ ਮੇਰੀ ਜ਼ਮੀਨ ਨਵਜੋਤ ਦੇ ਨਾਮ ਲਿਖਾਤੀ ਹਾਂ ਠੀਕ ਹੈ ਫਿਰ ਤੂੰ ਆਪ ਤੋਂ ਸਾਈਨ ਕੀਤੇ ਹੈਗੇ ਅਸੀਂ ਤਾਂ ਉਹ ਗਵਾਹ ਹੈਗੇ ਨਵਜੋਤ ਨੇ ਸਾਈਨ ਕੀਤੇ ਹੈ ਉਹ ਇਹ ਤਾਂ ਧੋਖਾ ਯਾਰ ਮੇਰੇ ਨਾਲ ਧੋਖਾ ਸਾਡੇ ਨਾਲ ਹੀ ਹੋਇਆ ਧੋਖਾ ਤੇਰੇ ਨਾਲ ਇਕੱਲੇ ਨਾਲ ਨਹੀਂ ਹੋਇਆ ਧੋਖਾ ਸਾਡੇ ਸਾਰਿਆਂ ਨਾਲ ਹੋਇਆ ਤੁਹਾਡੇ ਸਾਰਿਆਂ ਨਾਲ ਕਿਵੇਂ ਹੋਇਆ ਯਾਰ ਆ ਸਾਡੀ ਫੁੱਲਾਂ ਵਰਗੀ ਕੁੜੀ ਨਾ ਤੂੰ ਜ਼ਿੰਦਗੀ ਖਰਾਬ ਕਰਤੀ ਉਹਦੀ ਅਸੀਂ ਤਾਂ ਜਵਾਕਾਂ ਵਾਂਗੂ ਵਾਲੀ ਦੀ ਛੇ ਤੁਸੀਂ ਮੇਰੀ ਜ਼ਿੰਦਗੀ ਖਰਾਬ ਕਰ ਦਿੱਤੀ ਉਹਦਾ ਸਿਰਫ ਇੱਕ ਜ਼ਮੀਨ ਲੈਣ ਪਿੱਛੇ ਪਰ ਜ਼ਮੀਨ ਮੈਂ ਇਕੱਲਾ ਥੋੜੀ ਲੈਣਾ ਚਾਹੁੰਦਾ ਸੀ ਉਹ ਤਾਂ ਆਂਟੀ ਨੇ ਮੈਨੂੰ ਲਾਲਚ ਪਾਇਆ ਯਾਰ ਮੈਂ ਨਹੀਂ ਕੁਛ ਕਿਹਾ ਆਂਟੀ ਕਿਉਂ ਮੁੱਕਰਦੇ ਹੋ ਤੁਸੀਂ ਤਾਂ ਆ ਕੇ ਕਿਹਾ ਸੀਗਾ ਕਿ ਰਿਸ਼ਤਾ ਕਰਾ ਦੇਣੀ 2 ਕਿੱਲੇ ਮੈਨੂੰ ਦੇ ਦਿਓ ਨਾ ਪੁੱਤ ਝੂਠ ਬੋਲਦਾ ਹੈ ਮੈਂ ਕੁਛ ਨਹੀਂ ਕਿਹਾ ਮੰਮੀ ਤੁਸੀਂ ਝੂਠ ਨਾ ਬੋਲੋ ਸੱਚ ਦੱਸ ਦਿਓ ਤੁਹਾਡੀ ਸਾਰੀ ਪੋਲ ਖੁੱਲ ਗਈ ਹੈ ਤੁਹਾਡੇ ਦੋਵਾਂ ਦੀ ਕੀਖ ਜਿਹੜੀ ਪੱਕ ਰਹੀ ਸੀ ਸਾਨੂੰ ਸਾਰਾ ਕੁਝ ਪਤਾ ਲੱਗ ਗਿਆ ਮੰਮੀ ਸ਼ੱਕ ਤਾਂ ਮੈਨੂੰ ਉਦੀ ਹੋ ਗਿਆ ਸੀ ਜਿੱਦੇ ਮੈਂ ਗਹਿਣੇ ਲਏ ਤੇ ਥੋਤੋਂ ਮੁੰਦੀ ਨਿਕਲੀ ਜਗਰੂਪ ਦੀ ਵਿੱਚੋਂ ਹਾਂ ਮੁੰਦੀ ਵੀ ਖੋਲ ਲੈ ਗਈ ਏ ਮੰਮੀ ਤੇਰੇ ਘਰੇ ਕੁਝ ਹੈ ਨਹੀਂਗਾ ਸਾਰਾ ਕੁਝ ਜਾਂ ਤਾਂ ਤੁਸੀਂ ਬੋਲ ਦਿਓ ਸੱਚ ਯਾਰ ਜਗਰੂਪ ਤੂੰ ਬੋਲ ਦੇ ਜੇ ਭਲੀ ਚਾਹੁੰਦਾ ਬਾਈ ਮੇਰੇ ਪਰ ਤੁਸੀਂ ਕਿੱਥੇ ਯਕੀਨ ਕਰਨਾ ਆਂਟੀ ਤੋਂ ਪੁੱਛ ਲਓ ਪੁੱਤ ਮੈਂ ਤਾਂ ਜਗਰੂਪ ਦਾ ਰਿਸ਼ਤਾ ਹੀ ਇਸੇ ਲਾਲਚ ਨੂੰ ਕਰਾਇਆ ਸੀ ਕਿ ਮੈਨੂੰ ਵੀ 2 ਕਿੱਲੇ ਮਿਲ ਜਾਣਗੇ ਇਹਨਾਂ ਦੀ ਜ਼ਮੀਨ 'ਚੋਂ ਮੰਮੀ ਤੁਸੀਂ ਮੈਥੋਂ ਮੰਗ ਲੈਂਦੇ ਮੇਰੇ ਨਾਲ ਵੀ ਤਾਂ ਜ਼ਮੀਨ ਦੀ ਪੁੱਤ ਮੈਂ ਤਾਂ ਲਾਲਚ ਜਾ ਕੇ ਰਿਸ਼ਤਾ ਕਰਾ ਦਿੱਤੀ ਏ ਮੰਮੀ ਕਮੀ ਹੈ ਆਪਣੇ ਘਰੇ ਕੋਈ 10-12 ਕਿੱਲੇ ਆਪਦੇ ਹੈਗੇ ਆ ਆਪਣੇ ਕੋਲ ਤੁਹਾਡੇ ਹੀ ਨੇ ਉਹ ਅਸੀਂ ਸਾਰੇ ਘਰ ਦੀ ਕਬੀਲਦਾਰ ਤੁਹਾਨੂੰ ਦਿੱਤੀ ਹੋਈ ਹੈਗੀ ਸਮਝ ਨੀ ਲੱਗਦੀ ਕਿਉਂ ਤੁਸੀਂ ਲੋਕ ਲਾਲਚ ਵਿੱਚ ਆ ਕੇ ਤੁਸੀਂ ਜ਼ਿੰਦਗੀ ਦੂਏ ਦੀ ਕਿਉਂ ਖਰਾਬ ਕਰਦੇ ਹੋ ਗਲਤੀ ਹੋ ਗਈ ਪੁੱਤ ਬਹੁਤ ਬੜੀ ਹੁਣ ਤੂੰ ਦੱਸੋ ਕੀ ਕਰਨਾ ਗਾ ਤੂੰ ਕੁੜੀ ਵਸਾਉਣੀ ਹੈ ਕਿ ਲੈ ਜਾਈਏ ਕੁੜੀ ਅਸੀਂ ਆਪਣੀ ਵਸਾਉਣੀ ਹੈ ਵੀਰ ਮੈਂ ਮਾਫ਼ੀ ਮੰਗਦਾ
गल सुन मेरी ध्यान नाल हुण, जे बसाउणी है ना कुड़ी हाँ वीर, अज तो बाद कोई तो जमीन नहीं मंगनी। ना वीर देख जगरूप गल सुन, जिहड़ी उहदी चीज है उह तेरी है, जिहड़ी तेरी चीज है उह उहदी है। सही गल वीर, साडे विआह नूं 3-4 साल हो गए, अज तक मैं तो जमीन नहीं मंगनी मंगी। हाँ पुत जगरूप, बंदा बन जा हुण तो, कोई लालच नहीं करना, अपने घरे प्यार नाल हसो बसो। आंटी मैं तो थोड़ियां गल्लां च आ गया था, कोई नहीं अगे तो मैं ख्याल रखूंगा। मम्मी तुसीं वी किसे दे घर च दाखल ना दिया करो। ਮੈਂ ਇਨਸਾਨ ਗਲਤੀ ਮੰਗੇ ਨਾ ਤਾਂ ਉਹਨੂੰ ਸੁਧਰਨ ਦਾ ਮੌਕਾ ਦਿਓ ਇੱਕ ਵਾਰੀ, ਠੀਕ ਹੈ। ਅੱਜ ਤੋਂ ਬਾਅਦ ਜਗਰੂਪ ਜੇ ਸਾਡੀ ਕੁੜੀ ਨੂੰ ਕੁਛ ਕਿਹਾ ਇਹ ਲਾਸਟ ਮੌਕਾ ਹੈ ਤੇਰੇ ਕੋਲ, ਠੀਕ ਹੈ ਨਾ। ਫਿਰ ਅਸੀਂ ਕਾਨੂੰਨੀ ਤੇਰੇ ਘਰੇ ਆ ਕੇ, ਹਾਂ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਫਿਰ, ਠੀਕ ਹੈ। ਚਲੋ ਠੀਕ ਹੈ, ਤੁਸੀਂ ਬਸੋ ਰਸੋ, ਇਹਨੂੰ ਮੈਂ ਪਾੜ ਦਿੰਦਾ ਗਾ, ਠੀਕ ਹੈ। ਹਾਂ ਨਵਜੋਤ, ਜੇ ਕੋਈ ਹੁਣ ਗੱਲ ਹੋਈ ਨਾ ਮੈਨੂੰ ਫੋਨ ਕਰ ਦੀ, ਠੀਕ ਹੈ। ਮੰਮੀ ਤੁਸੀਂ ਵੀ ਆਪਣੇ ਕੋਲ ਕਿਸੇ ਚੀਜ਼ ਦਾ ਘੱਟ ਨਹੀਂ, ਅੱਜ ਤੋਂ ਬਾਅਦ ਕਿਸੇ ਦੇ ਘਰ 'ਚ ਦਾਖਲ ਨਹੀਂ ਲੈਣਾ। ਨਾ ਪੁੱਤ, ਮੈਂ ਨਹੀਂ ਕਿਸੇ ਦੇ ਘਰ 'ਚ ਦਾਖਲ ਦਿੰਦੀ। ਹਾਂ ਚਲੋ ਚਲੋ ਮੰਮੀ ਫਿਰ, ਚਲੋ ਘਰ ਚੱਲੀਏ ਆਪਾਂ, ਚਲੋ ਚੰਗਾ ਧੀ। ਠੀਕ ਹੈ ਜਗਰੂਪ, ਠੀਕ ਹੈ ਵੀਰ, ਚਲੋ ਚੰਗਾ ਚੰਗਾ ਪੁੱਤ, ਚੰਗਾ ਆਂਟੀ, ਸਿਆਣੇ ਬਣ ਕੇ ਰਹੋ ਆਪਣੇ ਘਰੇ, ਠੀਕ।